वाहिगुरु जी का खालसा वाहिगुरु जी की फतेह जी। असी खड़े आ बच्चे नूं भी लै आओ अगे। असी खड़े हाँ जी बाजड़ा पिंड आ लुधियाना जिला राहों रोड वाली साइड। बाजड़े पिंड दे विच क्योंकि पिछले करीब 30-35 सालों तो शहर बस गया, शहर च आ गए पिंड, तो बस्तियां बन गई, मुहल्ले बन गए, कलोनियां बन गई। तो यह हैगी है बाजड़ा कलोनी, इत्थे असी खड़े हाँ अज। एक घर तो अंदाजा थोनू लग ही रहा होना भी ये परिवार किदां दा, बाथरूम दे ना दरवाजे आ है ना, घर दे विच ना पानी वाली टैंकी आ, कुछ बाल्टियां, तो घर दे विच भांडे भी नहीं बचे गए। जिन्हें क्या चार भांडे जिहड़े पए आ, भैण कहिंदी ये भी पता नहीं किवें बच गए जां किवें कितों लैके आए आ शायद ये, क्योंकि इस घर दे विच एक चिट्टा रूपी दैंत रहिंदा। वो दैंत आ जिहड़ा उहने साडा पंजाब नगल लिया चिट्टे दे, उस छेवें दरिया दे विच साडे पंजाब दी जवानी रड़क हड़ गई आ बहुत ज़्यादा। बहुत नौजवान हर रोज़ मरते ने चिट्टे करके, परिवार इस करके चुप हो जाता भी नमोशी के कारण भी बेइज्जती हो, कुड़ियां ब्याहणियां मुंडे ब्याहणे बदनामी हो जू, समाज इस करके चुप हो जाता क्योंकि उहदे आपदे घर दे विच भी कोई ना कोई बैठा है किदां दा भी कल नूं साडे पुत नाल भी इदां हो सकदी आ। ते पंजाब इस करके चुप आ भी पंजाब नूं पुछदा ही कोई नहीं। इस टाइम हालात इदां दे बणे आ, जिन्ना झूठ बोलीए साडियां लीडरां सरकारां पार्टियां वल्लियों उन्ना ही घट आ। जिहड़े रूलिंग पार्टी च आ उह कहिंदे जिन्ना घेंट होणा पंजाब, जिन्नी तरक्की हुण कीती आ सूबे ने कदे किसे ने कराईओ ही नहीं। ते जिहड़े पहलां लुट के तुर गए उह कहिंदे जो असीं करता उह कोई कर ही नहीं सकदा। ते जिहड़े आउण नूं तैयार बैठे आ ਉਹ ਕਹਿੰਦੇ ਅਸੀਂ ਤੁਹਾਨੂੰ ਸਾਰਾ ਕੁਛ ਹੀ ਫਰੀ ਦੇਵਾਂਗੇ, ਤੁਸੀਂ ਸਾਨੂੰ ਵੋਟ ਪਾ ਦਿਓ ਇੱਕ ਵਾਰੀ, ਅਸੀਂ ਤੁਹਾਨੂੰ ਸਾਰਾ ਕੁਛ ਹੀ ਫਰੀ ਦੇ ਦਾਂਗੇ। ਅਤੇ ਭਰਾਵੋ ਸਾਨੂੰ ਫਰੀ ਕੁਛ ਵੀ ਨਹੀਂ ਚਾਹੀਦਾ, ਸਾਨੂੰ ਉਹ ਪੁਰਾਣਾ ਪੰਜਾਬ ਹੀ ਮੋੜ ਦਿਓ, ਸਾਨੂੰ ਸਾਡਾ ਉਹ ਸਮਾਜ ਹੀ ਮੋੜ ਦਿਓ ਜਿਹੜਾ ਦੁੱਖ ਦਰਦ 'ਚ ਖੜਦਾ ਸੀ ਨਾਲ, ਜਿਹੜਾ ਆਵਾਜ਼ ਚੱਕਦਾ ਸੀ ਮਾੜੇ ਦਾ ਹਾਮੀ ਸੀ, ਗਰੀਬ ਅਤੇ ਗਊ ਦੀ ਰੱਖਿਆ ਲਈ ਲੜਦਾ ਸੀ ਮਰਦਾ ਸੀ, ਅਤੇ ਸਾਡਾ ਉਹ ਨੌਜਵਾਨ ਹੀ ਮੋੜ ਦਿਓ ਜਿਹੜਾ ਚਿੱਟੇ ਨੇ ਖਤਮ ਕਰਤਾ, ਚਿੱਟੇ ਨੇ ਉਹਨਾਂ ਦੀਆਂ ਨਸਾਂ ਦੇ ਵਿੱਚ ਐਡੇ ਐਡੇ ਹੋਲ ਕਰਤੇ, ਐਡੀਆਂ ਐਡੀਆਂ ਗੰਢਾਂ ਬਣ ਗਈਆਂ, ਸਰੀਰ ਦੇ ਵਿੱਚ ਖੂਨ ਵਾਲੀਆਂ ਨਾੜਾਂ ਸੁੱਕ ਗਈਆਂ, ਘਰ ਦੇ ਭਾਂਡੇ ਵੇਚਤੇ ਉਹਨਾਂ ਮਿਹਨਤਕਸ਼ ਨੌਜਵਾਨਾਂ ਨੇ, ਘਰ ਦੀਆਂ ਉਹ ਹਰ ਜ਼ਰੂਰਤ ਵਾਲੀਆਂ ਚੀਜ਼ਾਂ ਵੇਚਤੀਆਂ ਉਸ ਨੌਜਵਾਨ ਨੇ ਜਿਹੜਾ ਪਹਿਲਾਂ ਉਹਨੂੰ ਬਣਾਉਂਦਾ ਸੀ, ਉਸ ਸਮਾਨ ਨੂੰ ਜੋੜਦਾ ਸੀ, ਉਸ ਘਰ ਨੂੰ ਸਜਾਉਂਦਾ ਸੀ। ਉਹਦੇ ਸੁਪਨੇ ਸੀ ਮੈਂ ਘਰ ਬਣਾਊਂਗਾ, ਬੱਚੇ ਹੋਣਗੇ, ਮੇਰੇ ਭੈਣ ਭਰਾ ਰਹਿਣਗੇ। ਉਸੇ ਘਰ ਦੀਆਂ ਛੱਤਾਂ ਤੱਕ ਦੇੜ ਕੇ ਵੇਚ ਦਿੰਦੇ ਨੇ ਉਹ ਭਾਂਡੇ ਜਿਹੜੀ ਪਿਓ ਦਾਦਿਆਂ ਦੀ ਯਾਦ ਕਰਾਉਂਦੇ ਸੀ ਪੁਰਾਣੇ, ਉਹ ਵੀ ਵੇਚ ਦਿੰਦੇ ਨੇ। ਅੱਜ ਇਸ ਤਰ੍ਹਾਂ ਦੇ ਇੱਕ ਘਰ 'ਚ ਆਏ ਹਾਂ ਅਸੀਂ। ਅਸੀਂ ਲੁਧਿਆਣੇ ਖੜ੍ਹੇ ਹਾਂ ਬਾਜੜੇ ਪਿੰਡ ਦੀ ਬਾਜੜਾ ਕਲੋਨੀ 'ਚ, ਮਹਿੰਗਾ ਏਰੀਆ ਪੂਰਾ। ਇੱਥੇ ਰਾਜਕੁਮਾਰ ਨਾਂ ਦਾ ਇੱਕ ਸ਼ਖਸ ਰਹਿੰਦਾ, ਤਿੰਨ ਭਰਾ ਵਾ, ਮਜ਼ਦੂਰ ਆ, ਮਜ਼ਦੂਰ ਪੱਲੇਦਾਰੀ ਦਾ ਕੰਮ ਕਰਦਾ ਰਾਜਕੁਮਾਰ। ਚਿੱਟੇ ਦੀ ਲੱਤ ਲੱਗ ਗਈ, ਆਦੀ ਹੋ ਗਿਆ ਚਿੱਟੇ ਦਾ, ਟੀਕੇ ਲਾਉਣ ਲੱਗ ਗਿਆ, ਅੱਜ ਇਸ ਹਾਲਾਤ ਦੇ ਵਿੱਚ ਅੰਦਰ ਪਿਆ ਤੁਹਾਨੂੰ ਮਿਲਾਉਂਦੇ ਹਾਂ। ਇਹ ਉਹਨਾਂ ਦੇ ਭਾਬੀ ਜੀ ਆ, ਪ੍ਰਵੀਨ ਭੈਣ, ਇਹਨਾਂ ਦੇ ਦੋ ਛੋਟੇ ਛੋਟੇ ਬੱਚੇ ਆ, ਤੁਸੀਂ ਦੇਖ ਸਕਦੇ ਹੋ ਚੱਪਲਾਂ ਬੱਚੇ ਦੇ ਪੈਰ 'ਚ, ਸਿਰ 'ਤੇ ਟੋਪੀ ਨਹੀਂ, ਅਤੇ ਘਰ ਦੇ ਵਿੱਚ ਅੰਦਰ ਤੁਸੀਂ ਦੇਖ ਸਕਦੇ ਹੋ ਮੰਜਾ ਬਿਸਤਰਾ ਨਹੀਂ ਹੈਗਾ ਕੋਈ ਵੀ। ਇਸ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕੋਈ ਪੱਖਾ ਨਹੀਂ ਹੈਗਾ ਛੱਤ 'ਤੇ, ਇਸ ਘਰ 'ਚ ਤੁਸੀਂ ਦੇਖ ਸਕਦੇ ਹੋ ਕੋਈ ਕੁਰਸੀ ਮੂੜਾ ਕੋਈ ਟੇਬਲ ਨਹੀਂ ਹੈਗਾ। ਇਸ ਘਰ ਦੇ ਵਿੱਚ ਗੈਸ ਚੁੱਲ੍ਹਾ ਨਹੀਂ ਹੈਗਾ, ਇੱਕ ਹੀਟਰ 'ਤੇ ਉਹ ਵੀ ਤਾਰਾਂ ਲੱਗੀਆਂ ਹੋਣੀਆਂ ਸਿੱਧੀਆਂ, ਭੈਣੇ ਕਿ ਮੀਟਰ ਚੱਲਦਾ, ਸਿੱਧੀਆਂ ਤਾਰਾਂ ਲੱਗੀਆਂ, ਮੀਟਰ ਦੇ ਕਨੈਕਸ਼ਨ ਕੱਟੇ ਗਏ ਆ। ਬਿੱਲ ਦੇਣ ਵਾਲੇ ਬੰਦੇ ਸੀ ਜਿਹੜੇ, ਉਹ ਤਾਂ ਖੁਦ ਆਪ ਇਸ ਹਾਲਾਤ 'ਚ ਪਏ ਨੇ, ਉਹਨਾਂ ਦਾ ਬਿੱਲ ਦਵਾਈਆਂ ਦਾ ਕੋਈ ਦੇਣ ਵਾਲਾ ਨਹੀਂ। ਇਸ ਘਰ ਦੀਆਂ ਇਹਦੇ ਮੰਮੀ ਡੈਡੀ ਦੀ ਫੋਟੋ ਆ, ਇਸ ਘਰ ਦੀ ਮਾਲਕਣ ਸੀ ਦੇਖੋ, ਕਿਸੇ ਟਾਈਮ ਮੱਥੇ 'ਤੇ ਉੱਤੇ ਟਿੱਕਾ, ਅਤੇ ਸਰਦਾਰ ਬੈਠਾ ਕੋਲੇ ਬਾਪੂ ਬਜ਼ੁਰਗ, ਮੋਢੇ 'ਤੇ ਪਰਨਾ ਪੱਲੇਦਾਰੀ ਦੀ ਨਿਸ਼ਾਨੀ ਆ, ਮਿਹਨਤਕਸ਼ ਮਜ਼ਦੂਰ ਦੀ ਨਿਸ਼ਾਨੀ ਆ ਇਹ ਵੀ। ਕਿਸੇ ਟਾਈਮ ਇਸ ਘਰ ਦੇ ਵਿੱਚ ਵੀ ਇਹ ਮਿਹਨਤ ਕਰਨ ਵਾਲੇ ਬੰਦੇ ਦੇ ਤਿੰਨ ਪੁੱਤ ਸੀ, ਲੋਹੜੀਆਂ ਮਨਾਈਆਂ, ਸਿਹਰੇ ਵੱਜੇ ਹੋਣੇ ਆ, ਖੁਸਰੇ ਨੱਚੇ ਹੋਣੇ ਆ ਇਸ ਘਰ 'ਚ ਵੀ। ਇਸ ਘਰ ਦੀ ਮਾਲਕਣ ਜਿਹਦੇ ਮੱਥੇ ਦੇ ਉੱਪਰ ਆਪਣੇ ਆਪ 'ਚ ਹੀ ਬਿਆਨ ਕਰਦਾ ਸੋਨੇ ਦਾ
ਟਿੱਕਾ ਲੱਗਿਆ ਹੋਇਆ ਜਿਹੜਾ। ਪਰ ਵਕਤ ਦੀ ਇਹੋ ਜਿਹੀ ਚਾਲ ਚੱਲੀ, ਜਿਹੜੇ ਸੇਰੂਆਂ ਵਰਗੇ ਪੁੱਤ ਸੀ ਨਾ, ਅੱਜ ਉਹ ਮਿੱਟੀ 'ਚ ਰੁਲ ਗਏ। ਇਹ ਘਰ ਦੀਆਂ ਆ ਲੀਡਰਾਂ ਦੀਆਂ ਜਿਹੜੀਆਂ ਫੋਟੋਆਂ ਦੇ ਉੱਪਰ ਸੌਂਦਾ ਇਹ ਪਰਿਵਾਰ, ਆ ਕੋਈ ਗੱਦਾ ਕਿਸੇ ਨੇ ਪਤਲਾਇਆ ਦੇਤਾ ਜਾਂ ਕੁਛ ਥੋੜ੍ਹੇ ਜਿਹੇ ਕੱਪੜੇ ਪਏ ਆ, ਜਾਣੀ ਕਿ ਵਿਕਣ ਵਾਸਤੇ ਵੀ ਇਸ ਘਰ 'ਚ ਕੁਛ ਨਹੀਂ ਰਿਹਾ ਜਿਹੜਾ ਵੇਚਿਆ ਜਾ ਸਕਦਾ ਸੀ। ਕੁਝ ਵੀ ਨਹੀਂ ਰਿਹਾ ਇਸ ਘਰ 'ਚ। ਅਤੇ ਇਸ ਘਰ ਦੇ ਵਿੱਚ ਇੱਕ ਉਹ ਇਨਸਾਨ ਪਿਆ ਜਿਹਨੇ ਇਕੱਲੇ ਨਹੀਂ ਇਸ ਘਰ ਦੀਆਂ ਸਾਰੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਖਤਮ ਕਰਤੀਆਂ। ਖੁਦ ਆਪ ਵੀ ਚੰਗਾ ਕਾਰੀਗਰ ਸੀਗਾ, ਚੰਗਾ ਮਜ਼ਦੂਰ ਸੀ, ਚੰਗਾ ਮਿਹਨਤ ਕਰਨ ਵਾਲਾ ਇਨਸਾਨ ਸੀਗਾ। ਪਰ ਅੱਜ ਇਸ ਖੋਲੇ ਦੇ ਵਿੱਚ, ਆ ਤਰਪਾਲਾਂ ਪੱਲੀਆਂ ਦੇ ਨਾਲ ਬੰਨੇ ਹੋਏ ਇਸ ਕਮਰੇ ਦੇ ਵਿੱਚ ਇੱਕ ਖੂੰਜੇ 'ਚ ਪਿਆ ਰਾਜਕੁਮਾਰ। ਜਦੋਂ ਅਸੀਂ ਅੰਦਰ ਵੜੇ ਸਾਨੂੰ ਦਿਖਿਆ ਨਹੀਂ, ਇਹਦਾ ਮੂੰਹ ਢੱਕਿਆ ਹੋਇਆ ਸੀ, ਪਤਾ ਨਹੀਂ ਲੱਗਿਆ ਵੀ ਇੱਥੇ ਕੋਈ ਇਨਸਾਨ ਵੀ ਪਿਆ ਹੋਇਆ। ਅੱਜ ਇੱਥੇ ਕੀਤੀ ਹੋਈ ਥੋੜ੍ਹੀ ਸਫਾਈ ਦੱਸਦੀ ਆ ਵੀ ਇਹ ਘਰ ਦੇ ਵਿੱਚ ਕੁਛ ਲੋਕ ਹੋਰ ਵੀ ਰਹਿੰਦੇ ਆ। ਇੰਨੀ ਸਮੈਲ ਆਉਂਦੀ ਸੀ, ਇੰਨੀ ਸਮੈਲ ਹੁਣ ਵੀ ਆ ਰਹੀ ਆ। ਲੈਟਰੀਨ ਬਾਥਰੂਮ ਵਿੱਚੇ ਹੀ ਹੋ ਰਿਹਾ, ਪਤਾ ਨਹੀਂ ਲੱਗ ਰਿਹਾ। ਸਫਾਈ ਕਰਨ ਵਾਸਤੇ ਕੋਈ ਪਿੱਛੇ ਬੰਦਾ ਨਹੀਂ ਹੈਗਾ। ਇਹਦਾ ਭਰਾ ਵਾ ਜਿਹੜਾ ਦਿਹਾੜੀ 'ਤੇ ਗਿਆ ਹੋਇਆ, ਇਸ ਟਾਈਮ ਦਿਹਾੜੀ ਕਰਕੇ ਆਪਣੇ ਬੱਚੇ ਵੀ ਪਾਲ ਰਿਹਾ ਨਿੱਕੇ ਨਿੱਕੇ। ਆ ਬੱਚਿਆਂ ਨੂੰ ਬੁਲਾਇਓ ਪੁੱਤ। ਇਹ ਰਾਜਕੁਮਾਰ ਤੇਰੇ, ਸਤਿ ਸ਼੍ਰੀ ਅਕਾਲ, ਕਿਵੇਂ ਆ, ਕੀ ਹਾਲ ਆ ਤੇਰੇ, ਕੀ ਹੋਇਆ ਤੈਨੂੰ, ਐਂ ਕਿਉਂ ਪਿਆ ਬਾਈ, ਕਿੰਨਾ ਟਾਈਮ ਹੋ ਗਿਆ ਇੱਦਾਂ ਪਏ ਨੂੰ? ਦੋ ਮਹੀਨੇ ਹੋ ਗਏ। ਆ ਬੱਚਾ ਹੈਰੀ ਪੁੱਤ ਕੌਣ ਆ ਇਹ, ਕੌਣ ਨੇ, ਹੈਂ ਕੌਣ ਆ ਇਹ, ਕੌਣ ਹੈ ਅੰਕਲ, ਕੀ ਹੈ ਚਾਚਾ, ਚਾਚਾ ਤੇਰਾ? ਆ ਨਿੱਕੇ ਨਿੱਕੇ ਬੱਚੇ ਯਾਰ ਇਸ ਘਰ 'ਚ, ਤੂੰ ਭਾਂਡੇ ਤੱਕ ਸਾਰਾ ਕੁਛ ਹੀ ਖਤਮ ਕਰਤਾ ਘਰ ਦਾ ਯਾਰ, ਵੇਚ ਵੇਚ। ਅੱਜ ਅਫਸੋਸ ਹੈ ਇਸ ਥਾਂ 'ਤੇ ਪਿਆ, ਸੋਚਦਾ ਸ਼ਰਮ ਮੰਨਦਾ ਇਸ ਗੱਲ ਦੀ ਵੀ ਤੂੰ ਕੀ ਕੀਤਾ ਯਾਰ, ਕਿਵੇਂ ਲੱਗ ਗਿਆ ਤੂੰ ਚਿੱਟੇ ਤਾਂ ਯਾਰ। ਇਹ ਤਾਂ ਨਸ਼ੇ ਅਮੀਰਾਂ ਦੇ ਆ ਯਾਰ, ਤੂੰ ਗਰੀਬ ਬੰਦਾ, ਪੱਲੇਦਾਰ ਬੰਦਾ ਟੀਕਿਆਂ 'ਤੇ ਕਿਵੇਂ ਲੱਗ ਗਿਆ ਨਸ਼ੇ 'ਤੇ? ਚਿੱਟਾ ਤਾਂ ਬਾਈ ਰੋਜ਼ ਦਾ 5-6 ਹਜ਼ਾਰ ਦਾ ਚਿੱਟਾ ਕਿੱਥੋਂ ਲਾਉਂਦਾ ਸੀ ਤੂੰ? ਵਿੱਚ ਵਿੱਚ ਕੀ ਸਮਾਨ? ਇੱਕ ਹੋਰ ਬੱਚਾ ਵਾ ਇੱਥੇ ਛੋਟਾ ਜਿਹਾ, ਹੈ ਨਾ, ਭੈਣ ਦੇ ਦੋ ਬੇਟੇ ਆ, ਯਾਨੀ ਕਿ ਭਤੀਜੇ ਆ ਰਾਜਕੁਮਾਰ ਦੇ। ਇਹ ਚਾਚੇ ਵੱਲ ਦੇਖਦੇ ਹੋਣੇ ਆ, ਇਹ ਤੱਕਦੇ ਹੋਣੇ ਆ ਵੀ ਸਾਡਾ ਚਾਚਾ ਆਊਗਾ, ਕੁਛ ਖਾਣ ਨੂੰ ਲਿਆਊਗਾ, ਹੈ ਨਾ। ਨਿੱਕੇ ਨਿੱਕੇ ਬੱਚਿਆਂ ਦਾ ਚਾਚੇ ਨਾਲ ਭਤੀਜਿਆਂ ਦਾ ਬੜਾ ਪਿਆਰ ਰਿਹਾ। ਅਸੀਂ ਵੀ ਛੋਟੇ ਛੋਟੇ ਹੁੰਦੇ ਆਪਣੇ ਵੱਡੇ ਭਰਾਵਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਾਈਕਲ 'ਤੇ ਬਿਠਾ ਕੇ ਝੂਟਾ ਦੇਣਾ, ਕੁਛ ਖਵਾਉਣਾ, ਹੱਟੀ ਲੈ ਜਾਣਾ। ਅੱਜ ਆ ਹੁਣ ਅਸੀਂ ਆ ਕੇ ਆਹ ਬੱਚਿਆਂ ਨੂੰ ਲੇਜ ਲਿਆ ਕੇ ਦਿੱਤੇ ਆ, ਯਾਨੀ ਕਿ ਇਹਦੇ ਕੰਨ ਠਰੇ ਪਏ ਆ ਠੰਡ ਦੇ ਨਾਲ, ਪੈਰ ਇਹਦੇ ਠੰਡ ਮੰਨਣੋਂ ਹੀ ਹਟ ਗਏ, ਹੱਥ ਇਹਦੇ ਜਿਹੜੇ ਦਸਤਾਨਿਆਂ ਦੇ ਵਿੱਚ ਹੋਣੇ ਚਾਹੀਦੇ ਸੀ, ਯਕੀਨ ਮੰਨਿਓ ਮੇਰੇ ਗਲਵਜ਼ ਪਾਇਆ ਹੋਇਆ, ਬਰਫ਼ 'ਚ ਲੱਗੇ ਪਏ ਆ ਹੈਰੀ ਦੇ ਹੱਥ। ਇਹਦਾ ਪੂਰਾ ਨਾਂ ਕੀ ਭੈਣੇ? ਹੈਰੀ, ਜਿਵੇਂ ਰਾਜਕੁਮਾਰ ਦਾ ਭਤੀਜਾ ਹੈਰੀ ਕੁਮਾਰ। ਅਤੇ ਇਹਨਾਂ ਦਾ ਭਵਿੱਖ ਕੀ ਆ ਬਾਈ, ਇਹ ਕੀ ਭਵਿੱਖ ਤੈਅ ਕਰਨਗੇ? ਅੱਜ ਦਾ ਜਿਹੜਾ ਸਾਡਾ ਹੁਣ ਵੋਟ ਤੰਤਰ ਆ, ਵੋਟਾਂ ਝੂਠ ਬੋਲੇ ਜਾ ਰਹੇ ਆ, ਇਹ ਆਉਣ ਵਾਲੇ 5 ਸਾਲਾਂ ਵਾਸਤੇ ਆ। ਇਹਨੇ ਜਦ ਤੱਕਰ 2 ਸਾਲ ਦਾ ਹੋ ਗਿਆ ਜੀ ਹੁਣ, ਤਾਂ ਇਹਨੇ 7 ਸਾਲਾਂ ਦਾ ਹੋ ਜਾਣਾ। ਅਗਲੀ ਵਾਰੀ ਫਿਰ ਸਾਨੂੰ ਝੂਠ ਬੋਲ ਕੇ 5 ਸਾਲ ਹੋਰ, ਫਿਰ ਇਹਨੇ 12 ਸਾਲਾਂ ਦਾ ਹੋ ਜਾਣਾ, 12-13 ਸਾਲਾਂ ਦਾ। ਅਤੇ 12-13 ਸਾਲਾਂ ਦੀ ਉਮਰ ਦੇ ਵਿੱਚ ਇਹਦੀ ਸੋਚ ਅਤੇ ਸਮਝ ਇਹਨੂੰ ਦੱਸੂਗੀ ਵੀ ਇਹ ਕੀ ਬਣੂੰਗਾ ਵੱਡਾ ਹੋ ਕੇ, ਹੈ ਨਾ। ਤੇਰਾ ਕੀ ਨਾਂ ਪੁੱਤ? ਲਕਸ਼ਦੀਪ। ਲਕਸ਼ਦੀਪ ਦੀ ਜ਼ਿੰਦਗੀ ਦਾ ਕੀ ਲਕਸ਼ ਆ? ਕਿੰਨਾ ਸੋਹਣਾ ਨਾਂ ਰੱਖਿਆ ਲਕਸ਼ਦੀਪ। ਸ਼ਾਇਦ ਇਹਦਾ ਨਾਂ ਰੱਖਣ ਮੌਕੇ ਇਹਦਾ ਚਾਚਾ ਰਾਜਕੁਮਾਰ ਵੀ ਉਦੋਂ ਵਿੱਚ ਸ਼ਾਮਿਲ ਹੋਊ ਜਦੋਂ ਇਹਦੀ ਲੋਹੜੀ ਮਨਾਈ ਗਈ ਹੋਊ, ਭਤੀਜਾ ਹੋਇਆ ਹੋਊ, ਇਸ ਘਰ 'ਚ ਵੀ ਜਸ਼ਨ ਮੰਨਿਆ ਹੋਊ। ਪਰ ਅੱਜ ਉਹ ਚਾਚਾ ਹੀ ਇੱਥੇ ਇਸ ਹਾਲਾਤ 'ਚ ਪਿਆ। ਲਕਸ਼ਦੀਪ ਦਾ ਜਦੋਂ ਜਨਮ ਹੋਇਆ ਸੀ ਰਾਜਕੁਮਾਰ ਕਿੱਥੇ ਸੀ ਤੂੰ? ਅੱਛਾ, ਖਿਡਾਉਂਦਾ ਹੁੰਦਾ ਸੀ ਤੂੰ? ਤੇਰੇ ਨਾਲ ਹੀ ਆਉਂਦਾ ਸੀ, ਉਧਰ ਨੂੰ ਜਾਂਦਾ ਸੀ। ਅਤੇ ਬਾਈ ਜਦੋਂ ਤੂੰ ਇਹਨਾਂ ਦੇ ਸ਼ਕਲਾਂ ਤੈਨੂੰ ਚੇਤੇ ਨਹੀਂ ਆਏ ਜਦੋਂ ਤੂੰ ਟੀਕੇ ਲਾਉਂਦਾ ਸੀ ਯਾਰ, ਜਦੋਂ ਇਸ ਘਰ 'ਚ ਤੂੰ ਭਾਂਡੇ ਚੌਂਕ ਚੱਕ ਕੇ ਵੇਚਦਾ ਸੀਗਾ, ਗੈਸ ਚੁੱਲ੍ਹੇ ਚੱਕ ਕੇ ਵੇਚੇ, ਉਦੋਂ ਤੈਨੂੰ ਜਵਾਕ ਨਜ਼ਰ ਨਹੀਂ ਸੀ ਆਉਂਦੇ ਮੇਰੇ ਭਤੀਜੇ ਕੀ ਖਾਣਗੇ? ਹੈਂ, ਦੋ ਵਾਰੀ ਫਾਂਸੀ ਲਈ, ਲਾ ਨਹੀਂ ਹੋਈ। ਬਾਈ ਮਰਨ ਲਈ ਵੀ ਜ਼ਮੀਰ ਚਾਹੀਦੀ ਹੈ ਬਾਈ।
ਤੂੰ ਸੋਚ ਕਿੰਨਾ ਦਰਦ ਹੁੰਦਾ ਉਹ ਜਦੋਂ ਬੰਦਾ ਆਪਦੇ ਆਪ ਨੂੰ ਮਾਰਦਾ ਯਾਰ, ਕਿੱਡਾ ਜਿਗਰਾ ਚਾਹੀਦਾ ਆਪਦੇ ਆਪ ਨੂੰ ਖਤਮ ਕਰਨ ਲਈ ਵੀ। ਬਾਈ ਉਹਦੇ ਹੱਥ 'ਚ ਡੋਰਾਂ, ਉਹ ਤਾਂ ਮਰਨ ਵੀ ਨਹੀਂ ਦਿੰਦਾ ਬਾਈ, ਜਿੰਨਾ ਚਿਰ ਤੇਰੇ ਜਿਹੜੇ ਤੇਰੇ ਕਰਮ ਆ ਨਾ ਉਹ ਪੂਰੇ ਤੈਨੂੰ ਭੋਗਣੇ ਹੀ ਪੈਣੇ ਆ। ਪਰ ਲਕਸ਼ਦੀਪ ਅਤੇ ਹੈਰੀ ਦੇ ਭਵਿੱਖ ਬਾਰੇ ਸੋਚਿਓ, ਸਾਡੇ ਲੀਡਰ ਉਹ, ਸਾਡੇ ਸਾਰੇ ਲੀਡਰਾਂ ਨੂੰ ਬੇਨਤੀ ਆ ਜਿਹੜੇ ਸਾਰੇ ਕੰਮ ਕਰ ਲੈਂਦੇ ਨੇ, ਉਹਨਾਂ ਨੂੰ ਇਸ ਟਾਈਮ ਆਏ ਰਾਮ ਗਏ ਰਾਮ ਚੱਲ ਰਿਹਾ ਵੀ ਉੱਧਰ ਚਲਿਆ ਗਿਆ ਕੋਈ, ਇੱਧਰ ਚਲਿਆ ਗਿਆ, ਟਪੂਸ਼ੀਆਂ ਮਾਰਦੇ ਫਿਰਦੇ ਨੇ ਡੱਡੂ ਵਾਂਗੂ, ਉਹ ਛੱਪੜ 'ਚੋਂ ਉਹ ਠੱਪੜ 'ਚੋਂ, ਉਹ ਛੱਪੜ 'ਚੋਂ ਉਸ ਛੱਪੜ 'ਚ। ਪਰ ਇਹਨਾਂ ਬਾਰੇ ਕੋਈ ਨਹੀਂ ਪੁੱਛਦਾ, ਇਹਨਾਂ ਦੀ ਮੁੱਦਾ ਹੀ ਨਹੀਂ। ਪਿਛਲੀ ਵਾਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਲਈ ਵੀ ਅਸੀਂ ਕਰਾਂਗੇ ਨਸ਼ਾ ਮੁਕਤ ਪੰਜਾਬ, ਆ ਪਿਆ ਨਸ਼ਾ ਮੁਕਤ ਪੰਜਾਬ। ਇਸ ਵਾਰ ਫਿਰ ਕਹਿ ਰਹੇ ਆ ਅਸੀਂ ਕਰਾਂਗੇ ਨਸ਼ਾ ਮੁਕਤ ਪੰਜਾਬ, ਜਿੰਨੇ ਸ਼ਹਿਰ 'ਚੋਂ ਨਿਕਲ ਕੇ ਆਏ ਆ ਬੋਰਡ ਲੱਗੇ ਹੋਏ ਨੇ, ਨਵਾਂ ਪੰਜਾਬ ਨਵੀਂ ਉਮੀਦ ਫਲਾਨੀ ਪਾਰਟੀ, ਮਸਲਿਆਂ ਨੂੰ ਹੱਲ ਕਰਨ ਵਾਲੀ ਪਾਰਟੀ, ਇੱਕ ਵਾਰ ਫਲਾਨੇ ਦੇ ਨਾਲ ਵੀ ਸਾਨੂੰ ਇੱਕ ਵਾਰੀ ਮੌਕਾ ਦੇ ਕੇ ਦੇਖੋ ਭਰਾਵੋ। ਬੜੇ ਮੌਕੇ ਦੇ ਲਏ ਯਾਰ, 70-75 ਸਾਲ ਹੋ ਗਏ। ਹਾਂ ਬਾਈ ਦੀ ਗੱਲ ਸੁਣਦੇ ਹਾਂ, ਤੁਹਾਡੇ ਨਾਲ ਵੀ ਕੁਛ ਸਾਂਝੀਆਂ ਕਰਾਂਗੇ। ਰਾਜਕੁਮਾਰ ਦੇਖ, ਮੈਂ ਤੈਨੂੰ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਸਾਡਾ ਮਕਸਦ ਆ ਅੱਜ ਤੈਨੂੰ ਦੇਖ ਕੇ ਸ਼ਾਇਦ ਕੋਈ ਹੋਰ ਰਾਜਕੁਮਾਰ ਬਚ ਜਾਵੇ। ਬਾਈ ਰਾਜਕੁਮਾਰ ਦੇ ਸਿਰਾਣੇ ਤੁਸੀਂ ਦੇਖ ਸਕਦੇ ਹੋ, ਕਿੰਨੂ ਦਾ ਛਿੱਲਿਆ ਹੋਇਆ ਇੱਕ ਫਲ ਪਿਆ ਜਿਹੜਾ ਖਾਧਾ ਵੀ ਨਹੀਂ ਗਿਆ, ਕੌਲੀਆਂ ਗਲਾਸ ਭਾਂਡੇ ਪਏ ਨੇ, ਲੈਟਰੀਨ ਨਾਲ ਲਿਬੜਿਆ ਹੋਇਆ ਇਹ ਭੂਰੇ ਦੇ ਵਿੱਚ ਰਾਜਕੁਮਾਰ ਪਿਆ, ਲੈਟਰੀਨ ਬਾਥਰੂਮ ਵੀ ਕੰਟਰੋਲ ਤੋਂ ਬਾਹਰ ਆ, 6 ਦਿਨ ਹੋ ਗਏ ਕੁਛ ਖਾਧਾ ਨਹੀਂ। ਕਿੰਨੇ ਦਿਨ ਹੋ ਗਏ? 6 ਦਿਨ ਹੋ ਗਏ ਰਾਜਕੁਮਾਰ ਨੇ ਕੁਛ ਵੀ ਨਹੀਂ ਖਾਧਾ, ਲੀਵਰ ਖਤਮ ਹੋ ਗਿਆ, ਕਿਡਨੀਆਂ ਵੀ ਖਤਮ ਹੀ ਆਲਮੋਸਟ, ਕਿਉਂਕਿ ਕਿਡਨੀਆਂ ਦੇ ਰਾਹੀਂ ਟੋਇਲਟ ਬਾਥਰੂਮ ਦਾ ਪਤਾ ਲੱਗਣਾ ਉਹ ਪਤਾ ਨਹੀਂ ਲੱਗ ਰਿਹਾ। ਰਾਜਕੁਮਾਰ ਹੱਥ ਕੱਢ ਆਪਦੇ ਬਾਹਰ, ਆਹ ਹੱਥ ਆ ਜੀ ਪੰਜਾਬ ਸਿੰਘ ਤੇਰੇ, ਇਹ ਪੰਜਾਬ ਸਿੰਘ ਦੇ ਹੱਥ ਆ, ਇਹ ਰਾਜਕੁਮਾਰ ਦੀਆਂ ਨਾੜਾਂ ਨੀਲੀਆਂ ਹੋਈਆਂ ਦੱਸਦੀਆਂ ਵੀ ਇਹਨਾਂ ਨਾਲ ਕਿੰਨਾ ਇਹਨਾਂ 'ਤੇ ਕਿੰਨਾ ਤਸ਼ੱਦਤ ਹੋਇਆ ਇਹਨਾਂ ਨਸਾਂ ਦੇ ਉੱਪਰ, ਇਹਨਾਂ ਬਾਹਾਂ ਤੋਂ ਅੰਦਾਜ਼ਾ ਲੱਗਦਾ ਵਾ ਵੀ ਰਾਜਕੁਮਾਰ ਦੀਆਂ ਨੀਲੀਆਂ ਹੋਈਆਂ ਬਾਹਾਂ, ਲੰਬੇ ਲੰਬੇ ਪਏ ਹੋਏ ਕਾਲੇ ਰੰਗ ਦੇ ਨਿਸ਼ਾਨ ਦਰਸਾਉਂਦੇ ਆ। ਆਹ ਕੀ ਲਿਖਿਆ ਹੋਇਆ ਆਰ ਤੇ ਮੂਹਰੇ ਕੀ ਲਿਖਿਆ? ਜੀ ਜੀ ਤੇਰੀ ਘਰ ਵਾਲੀ ਦਾ ਨਾਂ ਸੀ, ਯਾਨੀ ਕਿ ਜੀ ਨਾਲ ਵੀ ਤੂੰ ਰਹਿੰਦਾ ਸੀ, ਉਹਦਾ ਨਾਂ ਸੀ ਕੀ? ਨਾਂ ਸੀ ਉਹਦਾ? ਛੋਟਾ ਨਾਂ ਕੀ ਹੈ? ਜੀ ਲਿਖਿਆ ਨੇ ਹੈ ਅਨਪੜ੍ਹ। ਆਹ ਹੱਥਾਂ ਤੋਂ ਅੰਦਾਜ਼ਾ ਲਾ ਸਕਦੇ ਹੋ, ਟੋਇਲਟ ਨਾਲ ਵੀ ਲਿਬੜੇ ਪਏ ਨੇ, ਉਵੇਂ ਹੀ ਹੱਥ ਪਜਾਮੇ 'ਚ ਮਾਰ ਲੈਂਦਾ, ਲੰਬੇ ਲੰਬੇ ਨਹੁੰਆਂ ਦੇ ਡਿਜ਼ਾਇਨ ਹੀ ਬਦਲ ਗਏ ਆ, ਨਹੁੰ ਵੀ ਬਦਲੋਂ ਹਟ ਗਏ ਆ, ਦੇਖੋ ਨਹੁੰ ਗੋਲ ਹੀ ਹੋ ਗਿਆ ਮੂਹਰਿਓਂ, ਕਿਉਂਕਿ ਖੂਨ ਹੀ ਨਹੀਂ ਬਚਿਆ ਸਰੀਰ 'ਚ। ਨਹੁੰ ਨੂੰ ਬਦਲਣ ਲਈ ਵੀ ਤਾਕਤ ਦੀ ਲੋੜ ਪੈਂਦੀ ਆ, ਅਤੇ ਇੱਧਰ ਵੀ ਟੈਟੂ ਬਣਵਾਇਆ ਕਿਸੇ ਟਾਈਮ ਜਦੋਂ, ਕਿਉਂਕਿ ਚਿੱਟੇ ਵਾਲੇ ਟੈਟੂ ਵੱਲ ਨੂੰ ਬਹੁਤ ਜਾਂਦੇ ਆ। ਆ ਦੇਖੋ ਆਰ ਬਣਵਾਈ ਹੈ, ਉਦੋਂ ਨਸ਼ਾ ਨਹੀਂ ਸੀ ਕਰਦਾ। ਆ ਕੋਮਲ ਕੌਣ ਆ ਹੈ? ਇਧਰਲੀ ਬਾਂਹ ਵੀ ਸਾਰੀ ਪਰੂਨੀ ਪਈ ਆ ਜੀ, ਆ ਹੱਡੀਆਂ ਵੀ ਕੱਲੀ ਕੱਲੀ ਆ ਦੇਖਾ, ਹੱਡੀਆਂ ਵੀ ਬਾਹਰ ਦਿਖਦੀਆਂ ਸਾਰੀਆਂ, ਸਰੀਰ ਦੇ ਵਿੱਚ ਆ ਮਾਸ ਦੇ ਨਾਂ 'ਤੇ ਕੁਛ ਵੀ ਨਹੀਂ ਬਚਿਆ। ਰੋਣਾ ਭਰਨ ਨਾਲ ਆਹ ਲਾਈ ਗਲ 'ਚੋਂ ਮਫਲਰ ਲਾਹੀ ਥੱਲੇ ਲੱਗਦਾ, ਅਤੇ ਹੱਡੀਆਂ ਦੇ ਉੱਪਰ ਸਿਰਫ ਮਾਸ ਦੀ ਪਤਲੀ ਜੀ ਫੋਲਕ ਜੀ ਬਚ ਗਈ ਆ। ਆਹ ਢਿੱਡ ਜਿਹੜਾ ਪਿਛਲੇ 6 ਦਿਨਾਂ ਤੋਂ ਭੁੱਖਾ, ਉਹ ਛੱਡਦੇ ਕੋਈ ਨਾ ਰਾਜਕੁਮਾਰ, ਛੱਡਦੇ ਨੰਗਾ ਨਹੀਂ ਕਰਦਾ ਮੈਂ ਤੈਨੂੰ, ਸਿਰਫ ਦਿਖਾਉਣਾ ਚਾਹੁੰਦੇ ਹਾਂ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਟੀਕੇ ਲਾਉਂਦੇ ਨੇ, ਇਸ ਟਾਈਮ ਵੀ ਟੀਕਾ ਲਾਉਂਦੇ ਸਮੇਂ ਸ਼ਾਇਦ ਕੋਈ ਇਸ ਲਾਈਵ ਵੀਡੀਓ ਨੂੰ ਸਾਡੀ ਨੂੰ ਦੇਖ ਰਿਹਾ ਹੋਵੇ, ਭਰਾਵੋ ਆਹ ਵਾ, ਆਹ ਵਾ ਤੁਹਾਡਾ ਐਂਡ, ਆਹ ਵਾ ਤੁਹਾਡਾ ਅਖੀਰ। ਕੰਬਦੇ ਹੋਏ ਹੱਥ, ਸਰੀਰ ਦੇ ਵਿੱਚੋਂ ਦਿਖਦੀਆਂ ਹੋਈਆਂ ਹੱਡੀਆਂ, ਧੁੰਨੀ ਲੱਗ ਗਈ ਜਾ ਕੇ ਰੀੜ੍ਹ ਦੀ ਹੱਡੀ ਨਾਲ, ਧੁੰਨੀ ਰੀੜ੍ਹ ਦੀ ਹੱਡੀ ਨਾਲ ਲੱਗੀ ਪਈ ਆ, ਅੱਖਾਂ ਖੋਪੜੀ ਦੇ ਵਿੱਚ ਧਸੀਆਂ ਪਈਆਂ, ਅੱਖ ਦੇ ਥੱਲੇ ਵਾਲੀ ਹੱਡੀ ਆ ਜਿਹੜੀ ਉਹ ਬਾਹਰ ਆ ਰਹੀ ਆ, ਅਤੇ ਰਾਜਕੁਮਾਰ ਦੇ ਅੱਖਾਂ ਦੇ ਹੰਝੂ ਵੀ ਸੁੱਕੇ ਪਏ ਆ।
ਪੈਰ ਕਰੀ ਨੰਗੇ ਸਤਨਾਮ ਪੈਰ ਹੀ ਕਰਨੇ ਬਾਈ ਪੈਰ ਹੀ ਨੰਗੇ ਆ ਪੈਰ ਆ ਤੁਹਾਡੇ ਜਿਹੜੇ ਪੈਰਾਂ ਤੇ ਕੋਈ ਨਾ ਚੱਲ ਕੇ ਤੁਸੀਂ ਕਦਮ ਪੱਟ ਕੇ ਜਾਂਦੇ ਸੀ ਉਹਨਾਂ ਥਾਵਾਂ ਤੇ ਜਿੱਥੇ ਚਿੱਟਾ ਮਿਲਦਾ ਸੀ ਜਿੱਥੇ ਵਿਕਦਾ ਸੀ ਚਿੱਟਾ ਜਿੱਥੇ ਸਰੰਜਾਂ ਸੂਈਆਂ ਖਰੀਦਦੇ ਸੀ ਆ ਪੈਰ ਅੱਜ ਚੱਲਣ ਤੋਂ ਵੀ ਜਵਾਬ ਦੇ ਗਿਆ ਪੈਰਾਂ ਦੀ ਮੈਲ ਕਾਲੇ ਹੋਏ ਹੋਏ ਨੌ ਗੋਡਿਆਂ ਤੇ ਹੋਈਆਂ ਫੋੜੇ ਫੈਂਸੀਆਂ ਤੇ ਟੀਕਿਆਂ ਦੇ ਨਿਸ਼ਾਨ ਦਰਸਾਉਂਦੇ ਇਸ ਸਰੀਰ ਦੀ ਅਵਸਥਾ ਨੂੰ ਆ ਬਾਈ ਜੀ ਹੁਣੀ ਦੱਸਦੇ ਸੀ ਵੀਰੇ ਆਇਓ ਮਾੜਾ ਅੱਗੇ ਆ ਬਾਈ ਹੁਣੀ ਗਵਾਂਢੀ ਆ ਬਾਈ ਕਹਿੰਦੇ ਏਡਾ ਤਕੜਾ ਜੁੱਸਾ ਸੀ ਇੱਥੇ ਚਾਚਾ ਵੀ ਖੜਾ ਸੀ ਬਾਈ ਦਾ ਭਰਾਈ ਆ ਚਾਚੇ ਦਾ ਤੁਸੀਂ ਦੱਸਦੇ ਸੀ ਵੀ ਡੇਢ ਕੁਇੰਟਲ ਦੀ ਬੋਰੀ ਚੱਕ ਕੇ ਮਾਰਦਾ ਗੱਡੀ ਚ ਰੱਖ ਦਿੰਦਾ ਇਕੱਲਾ ਹੀ ਰਾਜਕੁਮਾਰ ਹੈਂਜੀ ਅੱਛਾ ਜੀ ਬਾਈ ਤੁਸੀਂ ਜਦੋਂ ਚਿੱਟੇ ਲੱਗਿਆ ਸੀ ਜਦੋਂ ਇਹ ਪੂਰੇ ਜੋਸ਼ ਸੀਗਾ ਚਿੱਟਾ ਵੀ ਤਕੜਾ ਸੀ ਤੇ ਸਰੀਰ ਵੀ ਤਕੜਾ ਸੀ ਕੋਈ ਨੀ ਸੁਣਦੇ ਸੀ ਭੈਣ ਜਦੋਂ ਘਰ ਦਾ ਸਮਾਨ ਚੱਕ ਚੁੱਕ ਕੇ ਵੇਚਦੇ ਸੀ ਜਾਂ ਕਿਵੇਂ ਤੁਸੀਂ ਘਰੇ ਹੀ ਹੁੰਦੇ ਸੀ ਧੱਕੇ ਨੇ ਲੈ ਜਾਂਦੇ ਭਾਂਡੇ ਤੱਕ ਸਾਰਾ ਕੁਛ ਹੀ ਲੈ ਗਿਆ ਇਹ ਭਰਜਾਈ ਆ ਇਹ ਅੱਜ ਵੀ ਰੋਟੀ ਦਿੰਦੀ ਆ ਅੱਜ ਵੀ ਉਹਨੂੰ ਵੀਰਾ ਕਹਿੰਦੀ ਆ ਉਹਨੂੰ ਛੱਡ ਕੇ ਆ ਗਿਆ ਸਰੀਰ ਵੀ ਕਮਾਉਣ ਜੋਗਾ ਨੀ ਰਿਹਾ ਨਹੀਂ ਤਾਂ ਉਹਦੇ ਘਰ ਦੇ ਭਾਂਡੇ ਵੇਚਦਾ ਸੀ ਚੱਕ ਚੱਕ ਕੇ ਫਿਰ ਉਹਨੇ ਇੱਧਰ ਨੂੰ ਭੇਜਤਾ ਫਿਰ ਤੁਹਾਡੇ ਭਾਂਡੇ ਵੇਚੇ ਸਹੀ ਗੱਲ ਆ ਜੀ ਆਹ ਘਰ ਆ ਜਿਹੜਾ ਵਾਹਿਗੁਰੂ ਵਾਹਿਗੁਰੂ ਤੁਹਾਡੇ ਦੋ ਬੇਟੇ ਆ ਪੜ੍ਹਦੇ ਆ ਸਕੂਲੇ ਪੜ੍ਹਦੇ ਆ ਬਾਈ ਤੁਹਾਡਾ ਕੀ ਨਾਂ ਬੋਬੀ ਬਾਈ ਤੁਹਾਡੀਆਂ ਅੱਖਾਂ ਦੇ ਸਾਹਮਣੇ ਯਾਰ ਤੁਹਾਡੇ ਪਿੰਡ ਚ ਵੀ ਸਾਰੇ ਪਿੰਡਾਂ ਚ ਹੀ ਆ ਬਾਈ ਮੁੰਡੇ ਮਰਦੇ ਆ ਬਾਈ ਹਨਾ ਤੇ ਤੁਸੀਂ ਕੀ ਦੇਖਦੇ ਆ ਵੀ ਯਾਰ ਸਾਡੇ ਲੀਡਰ ਬਚਾ ਰਹੇ ਮੁੰਡਿਆਂ ਨੂੰ ਕੋਈ ਇੰਤਜ਼ਾਮ ਕੀਤੇ ਉਹਨਾਂ ਨੇ ਇੱਦਾਂ ਦੇ ਬਾਈ ਜਿਹੜੀ ਇੱਕ ਗੋਲੀ ਦੇਣ ਲੱਗ ਗਈ ਜੀਭ ਥੱਲੇ ਰੱਖਣ ਵਾਲੀ ਸਰਕਾਰ ਹਨਾ ਦਿੰਦੀ ਆ ਉਹ ਫ੍ਰੀ ਦਿੰਦੀ ਆ ਗੋਲੀ ਹਨਾ ਉਹ ਬਾਈ ਕਿਵੇਂ ਆ ਗੋਲੀ ਕੀ ਲੱਗਦੀ ਤੈਨੂੰ ਗੋਲੀ ਉਹ ਨਸ਼ਾ ਛੁਡਾ ਦੂਗੀ ਗੋਲੀ ਉਹ ਤਾਂ ਨਸ਼ਾ ਉਹਦੇ ਨਾਲ ਨਸ਼ਾ ਕਰਦੀ ਆ ਫੇਲ ਦੌਰੇ ਪੈਣ ਲਾ ਦਿੰਦੇ ਦੇਖੋ ਜੀ ਸਰਕਾਰਾਂ ਹੁੰਦੀਆਂ ਹੱਲ ਦਿੰਦੀਆਂ ਠੀਕ ਆ ਚਿੱਟੇ ਤੇ ਲੱਗ ਗਿਆ ਬਾਈ ਉਹ ਤਾਂ ਗੋਲੀ ਲੀਵਰ ਖਤਮ ਕਰ ਦਿੰਦੀ ਆ ਬਾਈ ਕਿਡਨੀਆਂ ਖਤਮ ਕਰ ਦਿੰਦੀ ਆ ਦਿਮਾਗ ਤੇ ਦੌਰੇ ਪੈਣ ਲਾ ਦਿੰਦੀ ਆ ਇੱਕ ਟਰਾਮਾ ਡੋਲ ਤੇ ਇੱਕ ਬਰੂਪਨ ਜਿਹੜੀ ਗੋਲੀ ਖਾਂਦੇ ਜੀਭ ਥੱਲੇ ਰੱਖਣ ਵਾਲੀ ਸਰਕਾਰਾਂ ਦੇ ਫਰਜ਼ ਆ ਹੱਲ ਦੇਣਾ ਹੱਲ ਕੀ ਆ ਕੀ ਭੈਣ ਮੇਰੀ ਵਾਹਿਗੁਰੂ ਵਾਹਿਗੁਰੂ ਭੈਣ ਮੇਰੀ ਤੂੰ ਜਿਹੜੇ ਦੁੱਖ ਚੋਂ ਨਿਕਲ ਰਹੀ ਆ ਨਾ ਅਸੀਂ ਸਮਝਦੇ ਹਾਂ ਪੰਜਾਬ ਦੀਆਂ ਬਹੁਤ ਮਾਵਾਂ ਬਹੁਤ ਭੈਣਾਂ ਏਦਾਂ ਰੋਂਦੀਆਂ ਨੇ ਬਹੁਤ ਸਾਰੀਆਂ ਭੈਣਾਂ ਆਪਣੇ ਭਰਾਵਾਂ ਨੂੰ ਆਪਣੇ ਤੁਸੀਂ ਵੀ ਦਿਹਾੜੀ ਜਾਂਦੇ ਹੋ ਕੀ ਕੰਮ ਕਰਨੀ ਭੈਣੇ ਘਰਾਂ ਚ ਅਸੀਂ ਫੈਕਟਰੀ ਚ ਲੱਗੇ ਹਾਂ ਏਰੀਏ ਚ ਬਹੁਤ ਛੋਟੀਆਂ ਛੋਟੀਆਂ ਫੈਕਟਰੀਆਂ ਜੀ ਘਰਾਂ ਦੇ ਵਿੱਚ ਹੀ ਫੈਕਟਰੀਆਂ ਬਣੀਆਂ ਹੋਈਆਂ ਉਹਨਾਂ ਫੈਕਟਰੀਆਂ ਚ ਫਿਰ ਇਹ ਭੈਣਾਂ ਆਪਣੀ ਰੁਜ਼ਗਾਰ ਲਈ ਰੋਟੀ ਲਈ ਉੱਥੇ ਨੌਕਰੀ ਕਰਦੇ ਜੋਬ ਕਰਦੇ ਆ ਨਿੱਕੇ ਨਿੱਕੇ ਬੱਚਿਆਂ ਨੂੰ ਕਿੰਨਾ ਦੇ ਸਹਾਰੇ ਛੱਡ ਕੇ ਜਾਣ ਘਰ ਦੇ ਵਿੱਚ ਭਾਂਡੇ ਪਿਆਂ ਦੀ ਵੀ ਰਾਖੀ ਕਰਨ ਘਰ ਦੇ ਮਾਲਕ ਤੋਂ ਵੀ ਰਾਖੀ ਕੀਤੀ ਜਾਵੇ ਘਰ ਦਾ ਉਹ ਪੁੱਤ ਜਿਹੜਾ ਕਮਾਊ ਸੀ ਕਿਸੇ ਟਾਈਮ ਉਹ ਵੇਚਣ ਲੱਗ ਜਾਵੇ ਭਾਂਡੇ ਉਹ ਗਾਡਰ ਵਾਲੇ ਤੱਕ ਲਾ ਕੇ ਵੇਚ ਦੇਵੇ ਆ ਮਾਵਾਂ ਬੇਬੇ ਸਤਿ ਸ੍ਰੀ ਅਕਾਲ ਇੱਥੇ ਆ ਜਾ ਮਾਂ ਅੱਗੇ ਨੂੰ ਮਾੜਾ ਜਾ ਤੁਸੀਂ ਨੇੜੇ ਹੀ ਰਹਿੰਦੇ ਹੋ ਇੱਥੇ ਚਾਚੀ ਆ ਤੋਂ ਹਨਾ ਇਹਨਾਂ ਦੀ ਚਾਚੀ ਲੱਗਦੇ ਬੇਬੇ ਆ ਦੇਖੋ ਕੀ ਬਣਿਆ ਪਿਆ ਰਾਜਕੁਮਾਰ ਦਾ ਹੱਡੀਆਂ ਦੀ ਮੁੱਠ ਬਣ ਗਿਆ ਬੇਬੇ ਮਾਂ ਕਿਵੇਂ ਸੀ ਤਕੜਾ ਸੀ ਪੂਰਾ ਜਵਾਨ ਸੀ ਪੂਰਾ ਜਦੋਂ ਲੱਗਿਆ ਨਸ਼ੇ ਤੇ ਸਮਝਾਇਆ ਤੁਸੀਂ ਸਾਰਿਆਂ ਨੇ ਆ ਜਵਾਨ ਬਰਾਬਰ ਦਾ ਹੈਗਾ ਪੁੱਤ ਬਾਪੂ ਤੁਸੀਂ ਦੱਸਦੇ ਸੀ ਸਾਨੂੰ ਅੱਗੇ ਆਓ ਬਾਪੂ ਇਹ ਬਾਈ ਤੁਹਾਡਾ ਕੀ ਨਾਮ ਆ
ਮੇਵਾ ਸਿੰਘ ਤੁਹਾਡਾ ਭਰਾ ਲੱਗਦਾ ਇਹ ਬਾਈ? ਹਾਂਜੀ ਮੇਰਾ ਤਾਂ ਮੇਰੇ ਦੋ ਪਾਸੇ ਲੱਗ ਜੇ ਤਾਂ ਮੇਰੇ ਜਿਹੜੀ ਮਾਂ ਸੀ ਇਹਨਾਂ ਦੀ ਮਾਸੀਆਂ ਸੀ ਮਾਸੀਆਂ ਸੀ ਇੱਕ ਮੇਰੇ ਚਾਚੇ ਦੇ ਮੁੰਡੇ ਚਾਚੇ ਸੀ ਮਤਲਬ ਇੰਨਾ ਕੁ ਸਮਝਾਇਆ ਹਾਂਜੀ ਭਜਾਈ ਮੂੰਹ ਤੇ ਫਿਰ ਚਾਚੀ ਮੂੰਹ ਤੇ ਆਪਾਂ ਵੀ ਕਿ ਮੇਰੇ ਵੀ ਪੁੱਤ ਬਰਾਬਰ ਦਾ ਨੇ ਅੱਜ ਕੱਲ੍ਹ ਕਹਿੰਦੇ ਬਰਾਬਰ ਪੋਤਰੀ ਪੋਤੀ ਦੀ ਬਰਾਬਰ ਆ ਜੇ ਤੇ ਬੰਦਾ ਕਹਿ ਨਹੀਂ ਸਕਦਾ ਕੁਛ ਜੇ ਆਪਾਂ ਕਹਿੰਦਾ ਹੱਥ ਪਾ ਲਾਂਗੇ ਬਾਂਹ ਉਹਦਾ ਮੂੰਹ ਨਹੀਂ ਫੜਦਾ ਬੰਦੇ ਵਾਹ ਜੀ ਵਾਹ ਫਿਰ ਤਾਂ ਗੱਲ ਪੈਂਦਾ ਬੰਦਾ परिवार के नोहा देख लो जे परमात्मा सुख करता पचास ना रोलता सोलह जाने नौजवान सी सोलह बहुआ आ गई बत्ती गां बच्चे खुद बाप बाई दसदा भी पंजा घर दियां वोटां सी मेरे दो बच्चे ने मेरे घर दे पूरे हो गए वाहेगुरु मेरे दोवे मुंडे गुण हो गए ਨਸ਼ੇ ਸਵੇਰੇ ਆਉਂਦੇ ਨੂੰ ਮਾਰ ਲਿਆ ਤਾਂ ਮਾਰ ਲਿਆ ਕੁਛ ਕਰ ਚੰਗੇ ਰਹੋਗੇ ਨਹੀਂ ਮੁੜੋਗੇ ਭਾਈ ਲੋਕਾਂ ਨੂੰ ਕਮਾਈਆਂ ਖਵਾਉਂਦੇ ਰਹਿਣ ਤੋਂ ਸਾਨੂੰ ਅਸੀਂ ਕੀ ਕਰੀਏ ਟੱਕਰਾਂ ਮਾਰਦੇ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਇਹ ਤਾਂ ਬਾਅਦ ਚ ਲੱਗਦਾ ਸਿਆਣੇ ਨੇ ਕੀ ਕਿਹਾ ਪਰ ਬਾਪੂ ਗੱਲ ਇਹ ਆ ਵੀ ਉਦੋਂ ਇੱਕ ਸਮਾਂ ਹੁੰਦਾ ਸੀ ਜਦੋਂ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗ ਜਾਂਦਾ ਬੰਦਾ ਸੰਭਲ ਜਾਂਦਾ ਸੀ ਆ ਤਾਂ ਬਾਪੂ ਸੰਭਲਣ ਵਾਲਾ ਹੀ ਨੀ ਨਾ ਸੁਣ ਲੋ ਅਨਪੜ੍ਹ ਬੰਦਾ ਮੂੰਹ ਤੇ ਕਹੂੰ ਮੁਸ਼ਕਲੀ ਕਰਦੀ ਭਾਪੇ ਮੇਰੇ ਵੱਟ ਕੇ ਮਾਰੀ ਇਸੇ ਪੰਚਾਇਤ ਚ ਬੈਠੇ ਕਹਿੰਦਾ ਮੁਸ਼ਕਲੀ ਕੀਤੀ ਮੇਰੀ ਆਪਣੀ ਹੈ ਕਹਿੰਦਾ ਮੁਸ਼ ਬੰਦਾ ਉਹ ਖੜੀ ਖੜਦਾ ਅੰਧਾਪ ਹੋ ਗਈ ਪਰ ਬਾਈ ਚਿੱਟੇ ਨੇ ਅੱਜ ਰੋਲਤਾ ਬਾਈ ਤੁਸੀਂ ਦੱਸੋ ਕਿਹਦਾ ਨੀ ਲੰਬ ਆਇਆ ਹੋਊ ਇਹਦੇ ਵਾਸਤੇ ਸਾਨੂੰ ਰੋਲਤਾ ਹਾਂ ਹਰੇਕ ਬੰਦਾ ਕਹਿੰਦਾ ਥੋਡਾ 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 ਚੰਗਾ ਹੋਵੇ ਫੂਕ ਦੋ ਮੈਂ ਅੱਗੇ ਗੱਲ ਬੀਬੇ ਇੱਥੋਂ ਸ਼ੁਰੂ ਕੀਤੀ ਆ ਵੀ ਜਦੋਂ ਕਿਸੇ ਦਾ ਪੁੱਤ ਮਰਦਾ ਨਾ ਚਿੱਟੇ ਨਾਲ ਉਹ ਚੁੱਪ ਕਰ ਜਾਂਦੇ ਸ਼ਰਮ ਦੇ ਮਾਰੇ ਵੀ ਛੱਡੋ ਦੂਜੇ ਵਿਆਹੁਣੇ ਆ ਠੀਕ ਆ ਸਮਾਜ ਦੇ ਲੋਕ ਆਸ ਪਾਸ ਦੇ ਲੋਕ ਤਾਂ ਚੁੱਪ ਕਰ ਜਾਂਦੇ ਵੀ ਕੱਲ ਨੂੰ ਸਾਡਾ ਨਾ ਲੱਗ ਜੇ ਜਾਂ ਸਾਡਾ ਲੱਗਿਆ ਹੋਇਆ ਕੱਲ ਨੂੰ ਉਹਦੇ ਨਾਲ ਵੀ ਹੋ ਜੂ ਏਦਾਂ ਸਾਰੇ ਇਸ ਸ਼ਰਮ ਚ ਚੁੱਪ ਆ ਤੇ ਸਾਡੇ ਲੀਡਰ ਕਦੇ ਕਿਸੇ ਨੇ ਹੁਣ ਤੁਸੀਂ ਦੱਸ ਦਿਓ ਤੁਹਾਡਾ 50 ਵੋਟਾਂ ਤੁਹਾਡੀਆਂ ਘਰ ਦੀਆਂ ਕਦੇ ਕਿਸੇ ਨੇ ਆ ਕੇ ਕਿਹਾ ਵੀ ਦੱਸੋ ਕੀ ਕਰੀਏ ਅਸੀਂ ਕੋਈ ਨੀ ਪੁੱਛਦਾ ਹੁਣ ਵੋਟਾਂ ਮੰਗਣ ਆਉਣਗੇ ਅੱਧੋ ਅੱਧ ਪਾੜ ਲੈਂਦੇ ਆ ਅੱਧੇ ਉੱਧਰ ਅੱਧੇ ਉੱਧਰ ਸਾਨੂੰ ਆਪਸ ਵਿੱਚ ਲੜਾਈ ਜਾਂਦੇ ਆ ਤੁਹਾਡੇ 50 ਦੇ 50 ਇੱਕ ਦੂਜੇ ਨੇ ਲੜ ਮਰੀ ਜਾਂਦੇ ਆ ਕਹਿੰਦੇ ਦੋਨੇ ਭਾਈ ਆਪਸ ਵਿੱਚ ਲੜੇ ਹੋਏ ਨੇ ਕਿਤੇ ਪਿਛੇ ਖੜੇ ਹੋਏ ਨੇ ਕਿਤੇ ਉਹ ਜਿਹੜੀ ਫਰੀ ਆ ਨਾ ਉਹ ਮਰਾਉਂਦੀ ਆ ਮਰਦੀ ਆ ਪਰ ਬਾਈ ਜੀ ਸਾਡੀ ਤਾਂ ਬੇਨਤੀ ਹੋਈ ਆ ਅਸੀਂ ਵੀਡੀਓ ਸ਼ੇਅਰ ਕਰਦੇ ਆ ਰਾਜਕੁਮਾਰ ਬਾਈ ਨੂੰ ਹਸਪਤਾਲ ਦਾਖਲ ਕਰਾਉਣ ਲੱਗੇ ਆ ਇਹਦੀਆਂ ਜਿੰਨੀਆਂ ਵੀ ਸਵਾਸਾਂ ਦੀ ਇਹਦੀ ਪੂੰਜੀ ਬਚੀ ਆ ਉਹ ਵਾਹਿਗੁਰੂ ਨੇ ਦੇਣੀ ਆ ਅਸੀਂ ਇਹਨੂੰ ਹਸਪਤਾਲ ਦੇ ਵਿੱਚ ਚੈੱਕਅਪ ਕਰਾ ਕੇ ਇਹਦਾ ਟ੍ਰੀਟਮੈਂਟ ਕਰਾਵਾਂਗੇ ਦਾਖਲ ਕਰਾਵਾਂਗੇ ਇਹਦੇ ਭਰਾ ਨੂੰ ਵੀ ਅਸੀਂ ਉਡੀਕ ਰਹੇ ਹਾਂ ਉਹ ਦਿਹਾੜੀ ਗਿਆ ਹੋਇਆ ਵਿਚਾਰਾ ਇੱਥੇ ਕਿਸੇ ਦੀ ਮਿੱਟੀ ਦੀ ਟਰਾਲੀ ਭਰਨ ਗਿਆ ਨਿੱਕੇ ਨਿੱਕੇ ਦੋ ਜਵਾਕ ਨੇ ਹਨਾ ਲਕਸ਼ਦੀਪ ਤੇ ਹੈਰੀ ਉਹਨਾਂ ਦਾ ਵੀ ਭਵਿੱਖ ਆ ਉਹ ਅੱਜ ਆਪਦੇ ਚਾਚੇ ਨੂੰ ਆਪਦੀਆਂ ਅੱਖਾਂ ਦੇ ਸਾਹਮਣੇ ਇੱਦਾਂ ਮਰਦਿਆਂ ਦੇਖ ਰਹੇ ਆ ਟੀਕੇ ਲਾਉਂਦਿਆਂ ਵੀ ਦੇਖਿਆ ਉਹਨਾਂ ਬੱਚਿਆਂ ਨੇ ਕਿਉਂਕਿ ਜਿਵੇਂ ਦੱਸਦਾ ਰਾਜਕੁਮਾਰ ਵੀ ਮੇਰੀ ਗੋਦੀ 'ਚ ਹੀ ਹੁੰਦਾ ਸੀ ਲਕਸ਼ਦੀਪ ਤਾਂ ਪਰ ਅੱਜ ਖੁਦ ਰਾਜਕੁਮਾਰ ਹਾਂ ਅੱਜ ਖੁਦ ਆਪ ਬਾਈ ਉਹ ਬੱਚੇ ਜਿਹਦੇ ਉਹਦੀ ਵਜਨ ਹੋਇਆ ਪਿਆ ਹੱਡੀਆਂ ਦੀ ਮੁੱਠ ਬਣਿਆ ਪਿਆ ਰਾਜਕੁਮਾਰ ਰਾਜਕੁਮਾਰ ਜਦੋਂ ਪਹਿਲੀ ਵਾਰੀ ਟੀਕਾ ਲਾਇਆ ਸੀ ਕਿੱਦਾਂ ਲਾਇਆ ਸੀ ਕਿਹਨੇ ਲਵਾਇਆ ਸੀ ਕਿਵੇਂ ਹੋਇਆ ਇਹ ਸਾਰਾ ਕੁਛ ਅੱਛਾ ਜੀ ਅੱਛਾ ਜੀ ਹਾਂਜੀ ਉਹਨਾਂ ਨੂੰ ਲੈ ਗੇ ਗੋੜਾ ਗੂੜਾ
लवाता टीका लाया सी मैं नक नहीं खिंचया सी सुरती नहीं रही हैं सात घंटे होश नहीं होश नहीं आई पता नहीं कितने कितने सेर उठे आ जाओ हाँ एन यार आया है सी पूरा हाँ अनु बड़ा बढ़िया बढ़िया अच्छा मज़े हैं तो होश हो गया कितने जाने मेरे बहन को तो फिर भी तेन सुध नहीं आई दोबारा टीका फिर लाया फिर की मतलब तू लड़िया गाल क्या फिर तेन धक्के ना लगा आके हूं कद नहीं आंदा कोई हुण तो दो चार महीने पहला भी तेरे को इत्थे आके लाके जांदे नाले तैनूं लवा के जांदे सी हुण जब जमा ही खड़ गया ना राजकुमारी रही ना वो राजकुमार रहा है ना वो यार रहे ना वो समान लाउण वाले हाथ ही रहे तेरिया नाड़ा ही रहियां यार आही रही ਇਹ ਵੀ ਇਹ ਬਚਾ ਬਚੂ ਕੇ ਨਹੀਂ ਤੇ ਵੀ ਵੇਚ ਦੇਣਾ ਸੀ ਅੱਛਾ ਜੀ ਅੱਛਾ ਉਹ ਵੀ ਤੁਹਾਡਾ ਥੋੜਾ ਵੱਡਾ ਸੀ ਬਾਈ ਪਰ ਬਾਈ ਜੀ ਇਹ ਸਾਡਾ ਪੈਸਾ ਖੋਟਾ ਕੀਤਾ ਉਹਨਾਂ ਨੇ ਜਿਹੜੇ ਪੈਸੇ ਤੇ ਸੱਪ ਬਣੇ ਬੈਠੇ ਆ ਜਿਹੜੇ ਪੈਸਾ ਬਣਾਉਂਦੇ ਆ ਨੋਟ ਛਾਪਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਆ ਆਰ ਬੀ ਆਈ ਕਿਹਦੇ ਅੰਡਰ ਆ ਸਰਕਾਰਾਂ ਦੇ ਅੰਡਰ ਆ ਜਦੋਂ ਉਹੀ ਸਾਡੇ ਪੈਸੇ ਨੂੰ ਖੋਟਾ ਕਰ ਦੇਣ ਫਿਰ ਅਸੀਂ ਕੀ ਕਰੀਏ ਸਾਡੀ ਜਵਾਨੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਆ ਸਰਕਾਰ ਮਾਂ ਹੁੰਦੀ ਆ ਸਟੇਟ ਦੀ ਸਰਕਾਰ ਮਾਂ ਹੁੰਦੀ ਆ ਦੇਸ਼ ਦੀ ਪਰ ਉਹ ਸਰਕਾਰਾਂ ਨਹੀਂ ਪਾਰਟੀਆਂ ਰਹਿ ਗਈਆਂ ਬਣ ਕੇ ਉਹ ਸਰਕਾਰਾਂ ਨਹੀਂ ਉਹ ਲੀਡਰ ਨਹੀਂ ਰਹਿ ਗਏ ਉਹ ਸਿਰਫ ਨੋਟ ਬਣਾਉਣ ਵਾਲੀਆਂ ਮਸ਼ੀਨਾਂ ਬਣ ਗਏ ਆ ਸਾਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਅੱਗੇ ਹੁੰਦੇ ਸੀ ਸਾਂਝੇ ਜਿਹੜਾ ਪ੍ਰਧਾਨ ਮੰਤਰੀ ਬਣ ਜਾਂਦਾ ਸੀ ਜਾਂ ਮੁੱਖ ਮੰਤਰੀ ਬਣ ਜਾਂਦਾ ਸੀ ਉਹ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਦਾ ਸੀ ਹੁਣ ਉਹ ਕਹਿੰਦਾ ਮੇਰੀ ਪਾਰਟੀ ਮੈਨੂੰ ਵੋਟਾਂ ਪਾਓ ਮੈਂ ਆਹ ਕੀਤਾ ਉਹ ਤੁਸੀਂ ਕਿੱਥੋਂ ਕਰਦੇ ਹੋ ਯਾਰ ਤੁਸੀਂ ਸਾਡੀਆਂ ਸੜਕਾਂ ਬਣਾਉਂਦੇ ਹੋ ਤੁਹਾਡੇ ਯਾਰ ਪੈਸੇ ਘਰੋਂ ਥੋੜ੍ਹੀ ਬਣਾ ਕੇ ਲਿਆ ਕਿਉਂ ਨੇ ਤੁਸੀਂ ਆਪਦੇ ਬੱਚਿਆਂ ਦੇ ਮੂੰਹ 'ਚੋਂ ਰੋਟੀ ਖੋ ਕੇ ਥੋੜ੍ਹੀ ਰਾਜਕੁਮਾਰ ਦੇ ਬੱਚਿਆਂ ਨੂੰ ਦਿੰਦੇ ਹੋ ਤੁਸੀਂ ਬਾਈ ਸਾਡੇ ਟੈਕਸ ਦੇ ਪੈਸੇ ਸਾਡੀਆਂ ਹੁਣ ਜੇ ਤੁਹਾਨੂੰ ਅਸੀਂ ਪੁਆਇੰਟ ਕਰਤਾ ਵੀ ਯਾਰ ਤੁਸੀਂ ਵੀ ਸਾਡਾ ਆਹ ਸਾਰਾ ਠੇਕਾ ਦੇਤਾ ਤੁਹਾਨੂੰ ਵੋਟਾਂ ਪਾ ਕੇ ਵੀ ਪੰਜਾਬ ਨੂੰ ਵਧੀਆ ਬਣਾ ਦਿਓ ਅਤੇ ਤੁਸੀਂ ਬਣਾ ਕੇ ਕਹੋ ਮੈਂ 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 ਆਹ ਮੈਂ ਕੀਤਾ ਮੈਂ ਉਹ ਕਹੇ ਆ ਮੈਂ ਕੀਤਾ ਅਧਿਕਾਰਨਾ ਪਿੱਛੇ ਲੜੀ ਜਾਂਦੇ ਹੋ ਰੀਵਨ ਕੱਟਣ ਪਿੱਛੇ ਛਿੱਤਰੋ ਛਿੱਤਰੀ ਹੋਈ ਜਾਂਦੇ ਹੋ ਯਾਰ ਸਾਡਾ ਕੌਣ ਪੁੱਛੂ ਹਾਲ ਆਹ ਸੜਕ ਬਾਹਰ ਲੰਘਦੀ ਆ ਇਹ ਬਣੀ ਹੋਵੇ ਨਾ ਬਣੀ ਹੋਵੇ ਰਾਜਕੁਮਾਰ ਦੇ ਪਰਿਵਾਰ ਨੂੰ ਇਹਦਾ ਕੀ ਮਤਲਬ ਆ ਇਹਦੇ ਘਰ 'ਚ ਪਾਣੀ ਨਾ ਵੜੇ ਇਹਨੂੰ ਤਾਂ ਇਹਦੇ ਤੱਕ ਮਤਲਬ ਆ ਸੜਕ ਤੋਂ ਵੀ 4 ਫੁੱਟ ਨੀਵਾਂ ਘਰ ਇਹਦਾ ਤੇ ਜਦੋਂ ਮੀਂਹ ਪੈਂਦਾ ਹੋਊ ਇਹਦਾ ਪਾਣੀ ਕਿੱਥੇ ਨਿਕਲਦਾ ਹੋਊ ਆਪੇ ਹੀ ਸੁੱਕਦਾ ਆਹ ਬੱਟ ਮਾਰੀ ਹੋਈ ਆ ਆਹ ਰਾਜਕੁਮਾਰ ਦੇ ਪਏ ਦੇ ਥੱਲੇ ਪਾਣੀ ਆ ਜਾਂਦਾ ਜਦੋਂ ਮੀਂਹ ਹੁਣ 4-5 ਦਿਨ ਝੜੀਆਂ ਲੱਗੀਆਂ ਨਾ ਆਹ ਸਾਰਾ ਕੁਛ ਚੋਂਦਾ ਸੀ ਇਹ ਤਾਂ ਚੰਗੀ ਕਿਸਮਤ ਸੀ ਵੀ ਆਹ ਉੱਤੇ ਨਹੀਂ ਡਿੱਗ ਪਿਆ ਕਿਉਂਕਿ ਪਿਓ ਦਾਦਿਆਂ ਦੀਆਂ ਹੱਥਾਂ ਨਾਲ ਬਣਾਈਆਂ ਹੋਈਆਂ ਲੱਕੜ ਦੀਆਂ ਉਹ ਛੱਤਾਂ ਵਾਂ ਜਿਹੜੀਆਂ ਅੱਜ ਤੁਹਾਡੇ ਬਣਾਏ ਹੋਏ ਪੁਲਾਂ ਤੋਂ ਵੀ ਤਕੜੀਆਂ ਵਾਂ ਅੱਜ ਵੀ ਰਾਜਕੁਮਾਰ ਨੂੰ ਨਿੱਗ ਦੇ ਰਹੀ ਆ ਛੱਤ ਇਹ ਪਰ ਤੁਹਾਡਾ ਉਹਨਾਂ ਸਾਰੇ ਲੀਡਰਾਂ ਦਾ ਅੱਜ ਬਣਾਇਆ ਹੋਇਆ ਪੰਜਾਬ ਦਾ ਹਾਲ ਅਸੀਂ ਦੇਖ ਰਹੇ ਹਾਂ ਸਾਰਿਆਂ ਨੇ ਵਾਰੂ ਵਾਰੀ ਲੁੱਟਿਆ ਪਰ ਸਾਰੇ ਸਾਨੂੰ ਅੱਜ ਵੀ ਕਹਿੰਦੇ ਅਸੀਂ ਸਾਰਿਆਂ ਤੋਂ ਚੰਗੇ ਹਾਂ ਆਹ ਘਰ ਦਾ ਬਲਬ ਜਿਹੜਾ ਜਗਦਾ ਨਾ ਜੀ ਇਹ ਵੀ ਕੁੰਡੀ ਲੱਗੀ ਹੋਈ ਆ ਡਾਇਰੈਕਟ ਤਾਰ ਲਾਈ ਹੋਈ ਆ ਕਿਉਂਕਿ ਮੀਟਰ ਕੱਟਿਆ ਗਿਆ ਘਰ ਦਾ ਚੁੱਲ੍ਹਾ ਜਿਹੜਾ ਨਾ
ਉਹ ਵੇਚ ਦਿੱਤਾ ਗਿਆ ਚਿੱਟੇ ਦੇ ਨਸ਼ੇ ਚ। ਰਾਜਕੁਮਾਰ ਨੇ ਉੱਥੇ ਹੀਟਰ ਲੱਗਿਆ, 150 ਰੁਪਏ ਦਾ ਲਿਆ ਕੇ ਹੀਟਰ ਲਾ ਲਿਆ ਪ੍ਰਵੀਨ ਭੈਣ ਨੇ, ਕਿਉਂਕਿ ਲਕਸ਼ਦੀਪ ਨੂੰ ਤੇ ਹੈਰੀ ਨੂੰ ਰੋਟੀ ਵੀ ਖਵਾਉਣੀ ਆ। ਰਾਜਕੁਮਾਰ ਦੇ ਜਦ ਤੱਕ ਸਰੀਰ ਦੇ ਵਿੱਚ ਸਾਹ ਨੇ, ਇਹਦੇ ਮੂੰਹ 'ਚ ਵੀ ਬੁਰਕੀ ਪਾਉਣੀ ਆ। ਇਹਦੇ ਕੋਲ ਪਿਆ ਇੱਕ ਸੰਤਰੇ ਦਾ ਪੀਸ ਕੌਲੀ ਦੇ ਵਿੱਚ, ਟਿੱਡੀਆਂ ਚੂਹੇ ਖਾਈ ਜਾਂਦੇ ਆ, ਉਹ ਵੀ ਇਹਨੂੰ ਮਰਨ ਤੱਕ ਦੇਣਾ ਵਾ। ਪਰਿਵਾਰ ਫਿਰ ਵੀ ਆਪਦੀ ਫਰਜ਼ ਨਿਭਾ ਰਿਹਾ, ਜ਼ਿੰਮੇਵਾਰੀ ਨਿਭਾ ਰਿਹਾ, ਪਰ ਸਾਡਾ ਸਮਾਜ, ਸਾਡਾ ਸਿਸਟਮ ਕਿੱਥੇ ਆ? ਸਾਡੇ ਲੁਧਿਆਣੇ ਦਾ DC ਕਿੱਥੇ ਆ? ਸਾਡੇ ਲੁਧਿਆਣੇ ਦਾ SDM, ਇੱਥੋਂ ਦੇ ਲੋਕਲ ਅਫਸਰ ਕਿੱਥੇ ਆ? ਇੱਥੋਂ ਦੇ ਲੋਕਲ ਲੀਡਰ ਕਿੱਥੇ ਆ ਜਿਹੜੇ ਇਸ ਘਰ 'ਚ ਚਾਹੁੰਦੇ ਇਹਨਾਂ ਨੂੰ ਵੋਟਾਂ ਮੰਗਣ ਆਉਣਗੇ? ਸਾਰੀਆਂ ਪਾਰਟੀਆਂ ਦੇ ਲੀਡਰ ਅੱਛਾ, ਵਿਆਹ ਤੋਂ 12 ਸਾਲਾਂ ਬਾਅਦ ਹੋਇਆ ਸੀ? ਪਹਿਲਾਂ 12 ਸਾਲਾਂ ਬਾਅਦ ਤੇ ਇੱਥੇ ਗੁਰੂਆਂ ਤੇ ਪੀਰਾਂ ਦੀਆਂ ਤਸਵੀਰਾਂ ਵੀ ਪਈਆਂ ਵਾ, ਉਹਨਾਂ ਦਾ ਵੀ ਆਸਰਾ ਨਹੀਂ ਮਿਲ ਰਿਹਾ, ਕਿਉਂਕਿ ਉਹਨਾਂ ਤੋਂ ਵੀ ਹੱਦ ਬੰਨੇ ਅੱਗੇ ਟੱਪ ਗਈ ਆ ਗੱਲ। ਅੱਜ ਉਹਨਾਂ ਦੇ ਸਿਰ ਤੇ ਵੀ ਛੱਤ ਨਹੀਂ ਹੈਗੀ, ਗੁਰੂਆਂ ਤੇ ਪੀਰਾਂ ਦੇ ਵੀ ਸਿਰ ਤੇ ਪਾਣੀ ਚੋਂਦਾ। ਸ਼ਾਇਦ ਇਸ ਘਰ ਦੇ ਮੈਂਬਰ ਸਰੋਂ ਦੇ ਤੇਲ ਦੀ ਜੋਤ ਲਾਉਂਦੇ ਹੁਣ, ਦੀਵੇ 'ਚ ਤੇਲ ਵੀ ਨਹੀਂ ਬਚਿਆ ਕਿਉਂਕਿ ਮੂੰਹ ਨੂੰ ਰੋਟੀ ਨਹੀਂ ਬਚੀ। ਪਰ ਅੱਜ ਗੁਰੂ ਪੀਰ ਵੀ ਸਾਡੇ ਇਸ ਟਾਈਮ ਇਹਨਾਂ ਹਾਲਾਤਾਂ 'ਚ ਨੇ ਵੀ ਅਸੀਂ ਇਸ ਤ੍ਰਾਸਦੀ ਨੂੰ ਉਹਨਾਂ ਮੂਹਰੇ ਵੀ ਅਸੀਂ ਵਿਆਖਿਆ ਨਹੀਂ ਕਰ ਪਾ ਰਹੇ। ਆਪਦੇ ਗੁਰੂਆਂ ਨੂੰ ਵੀ ਕੀ ਕਹੀਏ, ਕੀ ਬਿਆਨ ਕਰੀਏ, ਕੀ ਦੱਸੀਏ? ਸਾਡੇ ਰੱਬ ਵਰਗੇ ਵੱਡੇ ਵਡੇਰੇ ਆ ਜਿਹੜੇ, ਅਸੀਂ ਤਾਂ ਉਹਨਾਂ ਦੇ ਮੂਹਰੇ ਵੀ ਅੱਖ ਚੱਖ ਪਾ ਕੇ ਦੇਖਣ ਜੋਗੇ ਨਹੀਂ ਰਹੇ। ਇਸ ਘਰ 'ਚ ਪੀਰਾਂ ਦੀ ਜਗ੍ਹਾ ਸੀ, ਜੋਤ ਲੱਗਦੀ ਸੀ ਇੱਥੇ, ਹੈ ਨਾ, ਪੱਕੀ ਪਹਿਲਾਂ ਤੋਂ ਹੀ ਆ ਜੀ ਇਹ ਜਗ੍ਹਾ, ਯਾਨੀ ਕਿ ਧਾਰਮਿਕ ਰਿਹਾ ਪਰਿਵਾਰ। ਇਹ ਵੀ ਕੋਈ ਸ਼ੱਕ ਨਹੀਂ ਵੀ ਆ ਭਾਣੇ 'ਚ ਰਹਿਣ ਵਾਲਾ ਪਰਿਵਾਰ ਆ, ਪਰ ਹੈ ਪਰ ਅੱਜ ਕੀ ਉਹ ਬਾਬਾ ਤੇਰੇ ਪਾਏ ਹੋਏ ਘੁੰਗਰੂ ਦੇਖ ਕੇ ਕੁਛ ਕਰ ਰਿਹਾ? ਕਿਉਂਕਿ ਤੂੰ ਜਿਹੜੇ ਘੁੰਗਰੂ ਆਪਦੇ ਗਿੱਟਿਆਂ 'ਚ ਪਾਏ ਸੀ, ਜਿਹੜੇ ਗੁੱਟਾਂ 'ਚ ਪਾ ਲਏ ਸੂਈਆਂ ਵਾਲੇ, ਸਿੰਜਾਂ ਵਾਲੇ, ਉਹ ਘੁੰਗਰੂ ਹੈ ਜਿਹੜੇ, ਉਹ ਤਾਂ ਖੜਕਦੇ ਵੀ ਨਹੀਂ, ਵੱਜਦੇ ਵੀ ਨਹੀਂ। ਕੰਬਲ ਲਿਆ ਚੱਕ ਕੇ ਉਹਤੇ ਪਾ ਲਾਂਗੇ ਆਪਣੇ, ਇਹ ਸਾਫ਼ ਕੰਬਲ 'ਤੇ ਪਾ ਲਾਂਗੇ, ਗੰਦਾ ਵਾ ਕੰਬਲ। ਅਤੇ ਬਸ ਸਾਡੀ ਬੇਨਤੀ ਹੈ ਜੀ, ਸਾਡੇ ਜਜ਼ਬਾਤ ਆ ਜਿਹੜੇ ਬੜੇ ਲੰਬੇ ਹੋ ਜਾਂਦੇ, ਜਜ਼ਬਾਤੀ ਬੰਦੇ ਆ, ਪਤਾ ਨਹੀਂ ਲੱਗਦਾ ਕਿੰਨਾ ਮੈਂ ਟਾਈਮ ਬੋਲੀ ਜਾਂਦੇ ਹਾਂ। ਪ੍ਰਵੀਨ ਭੈਣੇ, ਅਸੀਂ ਇਹਨੂੰ ਵੀਰੇ ਨੂੰ ਨਾਲ ਲੈ ਕੇ ਜਾਵਾਂਗੇ, ਹਸਪਤਾਲ ਦਾਖਲ ਕਰਾਵਾਂਗੇ। ਤੁਸੀਂ, ਤੁਹਾਡਾ ਭਰਾ ਜਿਹੜਾ, ਤੁਹਾਡੇ ਮਤਲਬ ਘਰ ਵਾਲਾ ਵਾ, ਇਹਦਾ ਭਰਾ ਉਹ ਆ ਰਿਹਾ? ਹੋ ਗਈ ਗੱਲ, ਸੁਨੇਹਾ ਭੇਜ ਤਾ ਤੁਸੀਂ? ਚਲੋ ਆਪਾਂ ਡੀਕ ਲੈਂਦੇ, ਕੋਈ ਨਹੀਂ ਨਹੀਂ ਆਪਾਂ ਡੀਕ ਲੈਂਦੇ ਹਾਂ, ਅਸੀਂ ਲੈ ਕੇ ਜਾਵਾਂਗੇ ਨਾਲ ਹੀ ਉਹਨੂੰ, ਕਿਉਂਕਿ ਅਸੀਂ ਦਾਖਲ ਇਕੱਲਿਆਂ ਨੇ ਨਹੀਂ ਕਰਾ ਸਕਦੇ, ਕਿਉਂਕਿ ਚਿੱਟੇ ਵਾਲਾ ਕੰਮ ਆ। ਜੇ ਹੁੰਦਾ ਨੋਰਮਲ ਕੋਈ ਮਰੀਜ਼, ਲੱਤ ਬਾਂਹ ਟੁੱਟੀ ਹੁੰਦੀ ਜਾਂ ਕੋਈ ਹੋਰ ਹੁੰਦੀ, ਤਾਂ ਅਸੀਂ ਇਕੱਲੇ ਵੀ ਲੈ ਜਾਂਦੇ, ਕਿਉਂਕਿ ਇਹਦਾ ਇਲਾਜ ਹੋਣਾ, ਉਹ ਪਰਿਵਾਰ ਦੇ ਇੱਕ ਮੈਂਬਰ ਦੀ ਲੋੜ ਆ, ਨਾਲ ਰਹੇ ਉਹ। ਅਸੀਂ ਇਹਨੂੰ ਨਵਾ ਧਵਾ ਕੇ ਹਸਪਤਾਲ ਦਾਖਲ ਕਰਾ ਦਾਂਗੇ, ਅਤੇ ਬਾਕੀ ਉਹ ਵਾਹਿਗੁਰੂ ਦੇ ਹੱਥ 'ਚ ਆ ਵੀ ਇਹਨੇ ਇਹਦੀ ਜ਼ਿੰਦਗੀ, ਹੈ ਨਾ। ਅਤੇ ਅਸੀਂ ਇੰਨਾ ਵਾ ਭੈਣ ਮੇਰੀ, ਇਹ ਵੀ ਜੇ ਸਾਡੀ ਜਿਹੜੀ ਡਿਊਟੀ ਲਾਈ ਹੈ ਬਾਬਾ ਜੀ ਨੇ, ਤੁਸੀਂ ਸਾਨੂੰ ਵੀਡੀਓ ਪਹੁੰਚਾਈ, ਤੁਸੀਂ ਸਾਡੇ ਤੱਕ ਆਵਾਜ਼ ਪਹੁੰਚਾਈ, ਤੁਹਾਨੂੰ ਕਿਵੇਂ ਪਤਾ ਲੱਗਿਆ ਸਾਡੇ ਬਾਰੇ ਕਿਸੇ ਨੇ ਦੱਸਿਆ ਸੀ? ਤੁਸੀਂ ਦੇਖਦੇ ਹੋ ਪਹਿਲਾਂ ਹੀ, ਤੁਸੀਂ ਜਿਹੜੀ ਉਹ ਦਿਨ ਮੁੰਡੇ ਦੀ ਚਿੱਟੇ ਵਾਲੇ ਦੀ ਵੀਡੀਓ ਦੇਖੀ ਸੀ, ਉਹਦੇ ਤੋਂ ਪਤਾ ਲੱਗਿਆ ਜਿਹੜਾ ਕੈਂਪ 'ਚ ਆਇਆ ਸੀ। ਤੁਸੀਂ ਕਹਿੰਦੇ ਨਾ ਕੈਂਪ 'ਚ ਲੈ ਕੇ ਆਉਣਿਆਂ ਨੂੰ, ਤੁਸੀਂ ਕੈਂਪ 'ਚ ਲਿਆਉਣਾ ਸੀ ਇਹਨੂੰ? ਨਹੀਂ, ਉਹ ਵੀਰ ਜੀ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਕੱਲ ਕੈਂਪ ਲੱਗਣਾ ਵਾ। ਅੱਛਾ ਅੱਛਾ, ਹਾਂਜੀ, ਉਹ WhatsApp ਤੇ ਗੱਲ ਹੋਈ ਸੀ, ਤੁਹਾਨੂੰ ਦੱਸਿਆ ਹੋਣਾ ਹਨਾ। ਹਮ ਬਿੱਬੇ ਅਸੀਂ ਪਾਉਂਦੇ ਰਹਿੰਦੇ ਆ। ਤੇ ਰਾਜਕੁਮਾਰ, ਹੁਣ ਤੈਨੂੰ ਇੱਥੋਂ ਚੱਕੀਏ ਤਾਂ ਕਿਹੜਾ ਕੰਬਲ ਨੂੰ ਹੱਥ ਪਾਈਏ ਥੱਲੇ? ਹਾਂ ਭਰਾ ਹਾਂ, ਰਾਜਕੁਮਾਰ ਹੱਥ ਨਾ ਜੋੜ, ਕੋਈ ਨਾ, ਤੂੰ ਭਰਾ ਵਾ ਸਾਡਾ, ਨਾ ਨਾ ਤੈਨੂੰ ਲਪੇਟ ਕੇ ਕੱਪੜਿਆਂ ਚ ਲੈ ਕੇ ਜਾਵਾਂਗੇ, 10 ਕੰਬਲਾਂ ਚ, ਫਿਕਰ ਨਾ ਕਰ ਤੂੰ। ਹਾਂ ਦੱਸ ਦੱਸ, ਨਹੀਂ ਕੱਪੜੇ ਅਸੀਂ ਚੇਂਜ ਕਰਾਇਆ, ਲੋਰ ਲਿਆ, ਪਜਾਮਾ ਲਿਆ ਚੱਕ ਕੇ, ਹੈ ਨਾ, ਗੱਡੀ ਚੋਂ, ਤੇ ਕੋਟੀ ਕਾਟੀ ਲਿਆ ਚੱਕ ਕੇ, ਪਵਾ ਕੇ ਸਾਫ਼ ਕਰਕੇ ਲੈ,
ਕਾਟਨ ਰੋਲ ਚੱਕ ਲਿਆ, ਡਾਇਪਰ ਚੱਕ ਲਿਆ, ਹੈ ਨਾ। ਖੜ ਜੀ, ਆਹ ਲੜ ਫੜ। ਹਾਂ ਆ ਜਾਂਦਾ ਆ ਜਾਂਦਾ, ਫਿਕਰ ਨਾ ਕਰ, ਗੱਡੀ ਚ ਬੈਠੇ ਆਪਾਂ, ਕਿਤੇ ਚੱਲੇ ਆ। ਹੇ ਵਾਹਿਗੁਰੂ, ਇੰਨੀ ਜ਼ਿਆਦਾ ਸਮੈਲ ਆ ਰਹੀ ਹੈ ਜੀ, ਅਸੀਂ ਬਿਆਨ ਨਹੀਂ ਕਰ ਸਕਦੇ। ਤੇ ਭਾਰ ਇਹਦਾ 10 ਕਿਲੋ 15 ਕਿਲੋ ਹੀ ਰਹਿ ਗਿਆ। ਤੇ ਆਹ ਵਿਹੜਾ, ਕੱਚਾ ਵਿਹੜਾ, ਤੇ ਵਿਹੜੇ ਦੇ ਵਿੱਚ ਪਏ ਕੁਛ ਕੱਪੜੇ ਤੇ ਮੰਗਵੇਂ ਭਾਂਡੇ, ਤੇ ਆਹ ਬੀਹ ਪਤਲੀ ਜੀ ਗਲੀ ਜਾਂਦੀ ਹੈ ਜਿਹੜੀ ਰਾਜਕੁਮਾਰ ਦੇ ਉਸ ਘਰ ਨੂੰ, ਜਿਹਦੇ ਵਿੱਚ ਕਦੇ ਸਿਹਰੇ ਬੰਨੇ ਹੋਣਗੇ, ਕਦੇ ਖੁਸਰੇ ਨੱਚੇ ਹੋਣਗੇ, ਕਿਤੇ ਲੋਹੜੀ ਮਨਾਈ ਗਈ ਹੋਊਗੀ। ਪਰ ਅੱਜ ਮੌਤ ਵਰਗਾ ਸੰਨਾਟਾ ਛਾਇਆ ਹੋਇਆ। ਇੱਧਰ ਨੂੰ ਹੋ ਜਾਓ ਵੀਰੇ, ਐ ਨੂੰ ਘੁੰਮ ਜਾਓ, ਉੱਤੇ ਹੋਇਆ ਸਤਨਾਮ। ਸੰਗਤ ਵੱਲੋਂ ਭੇਜੇ ਆ ਕੰਬਲ ਜਿਹੜੇ, ਇਸ ਤਰ੍ਹਾਂ ਦੀਆਂ ਸਰੀਰਕ ਅਵਸਥਾਵਾਂ ਦੇ ਵਿੱਚ ਪਏ ਸਾਡੇ ਰਾਜਕੁਮਾਰਾਂ ਨੂੰ ਨਿੱਘ ਦਾ ਅਹਿਸਾਸ ਕਰਾਉਂਦੇ ਨੇ। ਅੱਜ ਬੜੇ ਭਰੇ ਮਨ ਨਾਲ, ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਵੀ ਮਾਵਾਂ ਦੇ ਰਾਜਕੁਮਾਰ ਪੁੱਤ, ਜਿਨ੍ਹਾਂ ਦਾ ਨਾਮ ਰਾਜਕੁਮਾਰ ਰੱਖਿਆ ਸੀ ਇਹਦੀ ਮਾਂ ਨੇ, ਤਾਂ ਉਹਦੇ ਮਨ ਦੀ ਅਵਸਥਾ ਕੀ ਰਹੀ ਹੋਊ ਉਸ ਮਾਂ ਦੀ, ਉਸ ਜੰਮਣ ਵਾਲੀ ਮਾਂ ਦੀ ਮਨ ਦੀ ਅਵਸਥਾ ਕੀ ਹੋਊ ਜਦੋਂ ਇਹਦਾ ਨਾਮ ਰਾਜਕੁਮਾਰ ਰੱਖਿਆ ਸੀ ਉਹਨੇ, ਹੈ ਨਾ। ਪਰ ਢੱਕ ਦਿੰਦੇ ਹਾਂ, ਕੋਈ ਨਾ ਢੱਕਦੇ ਹਾਂ। ਪਰ ਅੱਜ ਇਸ ਰਾਜਕੁਮਾਰ ਦੇ ਹਾਲਾਤ ਨੂੰ ਦੇਖ ਕੇ, ਅੱਜ ਉਹ ਜਿਉਂਦੀ ਤਾਂ ਹੈ ਨਹੀਂ ਵਿਚਾਰੀ, ਪਰ ਜੇ ਕਿਤੇ ਉਹ ਦੇਖ ਰਹੀ ਹੋਊਗੀ, ਉਹ ਵੀ ਕੋਸਦੀ ਹੋਊਗੀ ਆਪਣੀ ਕਿਸਮਤ ਨੂੰ, ਆਪਣੇ ਇਸ ਪੁੱਤ ਦੀ ਕਿਸਮਤ ਨੂੰ ਵੀ ਕਿੱਥੇ ਕਿਵੇਂ ਕਿੱਦਾਂ ਇਹ ਹਾਲਾਤ ਬਣ ਗਏ ਸਾਰੇ। ਅੱਜ ਮੇਰਾ ਰਾਜਕੁਮਾਰ ਕਿਹੜੇ ਹਾਲਾਤਾਂ 'ਚ ਪਹੁੰਚ ਗਿਆ, ਇਹਦੇ ਪਿੱਛੇ ਵੀ ਉਹਨਾਂ ਮਾਵਾਂ ਦੀਆਂ ਅਸੀਸਾਂ ਨਹੀਂ, ਦਰਸੀਸਾਂ ਮਿਲਦੀਆਂ ਤੁਹਾਨੂੰ। ਸਾਡੇ ਲੀਡਰ ਨੂੰ, ਲੀਡਰਾਂ ਨੂੰ, ਸਾਡੇ ਸਿਸਟਮ ਨੂੰ ਚਲਾਉਣ ਵਾਲਿਆਂ ਨੂੰ ਇਹਨਾਂ ਮਾਵਾਂ ਦੀਆਂ ਦਰਸੀਸਾਂ ਮਿਲਦੀਆਂ, ਕਿਉਂਕਿ ਇਹ ਢਿੱਡੋਂ ਆਂਦਰਾਂ ਤੋਂ ਇਹ ਦੁਖੀ ਨੇ, ਜਿਨ੍ਹਾਂ ਦੇ ਪੁੱਤ ਇੱਦਾਂ 20 ਕਿਲੋ ਦੇ ਹੋਏ ਪਏ ਨੇ, ਹੱਡੀਆਂ ਦੇ ਪਿੰਜਰ ਬਣ ਗਏ, ਅਤੇ ਉਹਨਾਂ ਦੇ ਮਰਨ ਦਾ ਇੰਤਜ਼ਾਰ ਕਰਦੀਆਂ। ਅਤੇ ਜਿੱਦਣ 70 ਬਹਿ ਜੂਗਾ, 4 ਬੰਦੇ ਆ ਕੇ ਬਹਿ ਕੇ ਅਫਸੋਸ ਕਰ ਜਾਣਗੇ, ਅਤੇ ਇਹਦਾ ਸਰੀਰ ਚੱਕ ਕੇ ਉੱਥੇ 2 ਮਣ ਲੱਕੜਾਂ ਦੇ ਹੇਠ ਰੱਖ ਕੇ ਉਹਨੂੰ ਫੂਕ ਕੇ ਆਉਣਗੇ, ਅਤੇ ਇਹਦੀ ਮੌਤ 'ਤੇ ਵੀ ਆ ਕੇ ਲੋਕ ਕਹਿਣਗੇ ਵੀ ਬੜਾ ਚੰਗਾ ਹੁੰਦਾ ਸੀ, ਕਿਉਂਕਿ ਸਾਡੇ ਸਮਾਜ ਦੀ ਇੱਕ ਸ਼ਰਮ ਆ, ਇੱਕ ਅੱਖ ਦੀ ਸ਼ਰਮ ਆ, ਮਾੜੇ ਨੂੰ ਵੀ ਅਸੀਂ ਉਹਦੀ ਮੌਤ ਤੋਂ ਬਾਅਦ ਮਾੜਾ ਨਹੀਂ ਕਹਿੰਦੇ, ਦੁਸ਼ਮਣ ਨੂੰ ਵੀ ਅਸੀਂ ਮਾੜਾ ਨਹੀਂ ਕਹਿੰਦੇ, ਪਰ ਸਾਡੇ ਸਿਆਸੀ ਲੀਡਰਾਂ ਦੀ ਮੌਤ ਆ ਜਿਹੜੀ ਉਹ ਹੋਈ ਹੋਈ ਆ। ਇਹ ਰਾਜਕੁਮਾਰ ਦੀ ਹਾਲਾਤ ਨਹੀਂ, ਇਹ ਸਾਡੇ ਉਹਨਾਂ ਲੀਡਰਾਂ ਦੇ ਹਾਲਾਤ ਨੇ ਜਿਹੜੇ ਪਿਛਲੇ 20 ਸਾਲ 'ਚ, ਜਦੋਂ ਦਾ ਇਹ 15-20 ਸਾਲਾਂ ਦੇ ਵਿੱਚ ਚਿੱਟੇ ਦਾ ਕਹਿਰ ਪੰਜਾਬ ਦੇ ਵਿੱਚ, ਪੰਜਾਬ ਦੇ ਉੱਪਰ ਟੁੱਟਿਆ, ਜਦੋਂ ਚਿੱਟੇ ਦਾ 6ਵਾਂ ਦਰਿਆ ਉਸ ਪੰਜ ਦਰਿਆਵਾਂ ਦੀ ਧਰਤੀ 'ਤੇ ਵਗਿਆ, ਉਦੋਂ ਉਹਨਾਂ ਲੀਡਰਾਂ ਦੇ ਘਰਾਂ ਦੇ ਵਿੱਚ 70 ਬੈਠ ਗਏ ਸੀ, ਮੌਤਾਂ ਹੋ ਗਈਆਂ ਸੀ, ਕਿਉਂਕਿ ਲੀਡਰ ਦਾ ਪੁੱਤ ਨਹੀਂ ਮਰਦਾ ਚਿੱਟੇ ਨਾਲ, ਗਰੀਬ ਦਾ ਮਰਦਾ। ਜੇ ਕਿਸੇ ਚੰਗੇ ਘਰ ਦਾ ਪੁੱਤ ਚਿੱਟੇ 'ਤੇ ਲੱਗ ਜੂ, ਉਹ ਤਾਂ ਆਪਦੇ ਘਰ ਦੇ ਉਸ ਹਾਲਾਤਾਂ ਦੇ ਵਿੱਚੋਂ ਪੈਸੇ ਕੱਢ ਕੇ ਆਪਦਾ ਚਿੱਟਾ ਲਾ ਲੂਗਾ, ਸ਼ੌਂਕ ਪੂਰਾ ਕਰ ਲੂ, ਨਸ਼ਾ ਕਰ ਲੂ। ਗਰੀਬ ਦਾ ਪੁੱਤ ਭਾਂਡੇ ਵੇਚੂ, ਲੋਕਾਂ ਦੇ ਵੇਚੂ, ਬਾਪੂ ਦੱਸਦਾ ਹਟਿਆ 2900 ਰੁਪਈਆ ਖੋਹਣ ਦੇ ਲਈ ਚਾਕੂ ਮਾਰਿਆ ਮੱਥੇ 'ਤੇ,
ਸਾਈਕਲ ਵੀ ਖੋ ਕੇ ਲੈ ਗਏ, 2900 ਰੁਪਈਆ ਵੀ ਖੋ ਕੇ ਲੈ ਗਏ। ਫਿਰ ਇਹ ਸਾਡੇ ਗਰੀਬਾਂ ਦੇ ਜਿਹੜੇ ਪੁੱਤ ਆ ਨਸ਼ਿਆਂ 'ਤੇ ਲੱਗ ਗਏ, ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਇਹ ਹਨੇਰੀਆਂ ਗਲੀਆਂ 'ਚ ਖੜ ਕੇ, ਖੂੰਜਿਆਂ 'ਤੇ ਖੜ ਕੇ, ਮੂੰਹ ਬੰਨ ਕੇ ਆਪਣੀਆਂ ਹੀ ਮਾਵਾਂ ਭੈਣਾਂ ਨੂੰ, ਆਪਣੇ ਬਜ਼ੁਰਗਾਂ ਨੂੰ ਲੁੱਟਦੇ ਆ, ਆਪਦੇ ਭਰਾਵਾਂ ਨੂੰ ਹੀ ਲੁੱਟਦੇ ਆ। ਅਮੀਰਾਂ ਨੂੰ ਨਹੀਂ, ਗਰੀਬਾਂ ਨੂੰ, ਦਿਹਾੜੀਦਾਰਾਂ ਨੂੰ, ਮਜ਼ਦੂਰਾਂ ਨੂੰ ਲੁੱਟਦੇ ਆ। ਸਾਡੇ ਕੋਲ ਸੋਢੀਆਂ ਸੰਧਰਾਂ ਪਿੰਡ ਤੋਂ ਇੱਕ ਹੁਸ਼ਿਆਰਪੁਰ ਤੋਂ ਨੌਜਵਾਨ ਆਇਆ ਸਰਬਣ ਸਿੰਘ, ਉਹਦਾ ਗਰਦਨ ਦੇ ਵਿੱਚ ਐਡਾ ਵੱਡਾ ਹੋਲ ਸੀਗਾ, ਉਹਦੇ ਚਾਕੂ ਮਾਰਿਆ ਕਿਸੇ ਨੇ 750 ਰੁਪਈਏ ਪਿੱਛੇ, 350 ਰੁਪਈਏ ਪਿੱਛੇ, ਅਤੇ ਇੱਕ ਉਹ ਰੇਡੂਆ ਸੀ ਉਹਦੇ ਕੋਲ, ਅਤੇ ਇੱਕ 350 ਰੁਪਈਆ ਦਿਹਾੜੀ ਲਾ ਕੇ ਆਇਆ ਸੀ ਉਹ ਤੋਂ ਖੋਹ ਕੇ ਲੈ ਗਏ, ਅਤੇ ਉਹਨੇ 350 ਰੁਪਈਏ ਪਿੱਛੇ ਜਿੱਦੋ ਜਹਿਦ ਕੀਤੀ ਮੈਂ ਨਹੀਂ ਦੇਣੇ, ਉਹਨਾਂ ਨੇ ਉਹਦੇ ਗਲ 'ਤੇ ਚਾਕੂ ਮਾਰਿਆ। ਅਤੇ ਜਿਹਦੇ ਘਰ ਉਹ ਮਜ਼ਦੂਰ ਕੰਮ ਕਰਦਾ ਸੀ, ਪਰਦੇਸੀ ਬੰਦਾ ਸੀ, ਉਹ ਹਸਪਤਾਲ ਲੈ ਗਿਆ ਚੱਕ ਕੇ। ਹਸਪਤਾਲ ਵਾਲੇ ਕਹਿੰਦੇ 3 ਲੱਖ ਰੁਪਈਆ ਖਰਚਾ ਆਊ, ਇਹਦੀ ਵੋਕਲ ਕੱਟੀ ਗਈ ਆ ਅਤੇ ਇਹਦੀ ਫੂਡ ਪਾਇਪ ਵੀ ਕੱਟੀ ਗਈ ਆ, ਆਪਰੇਸ਼ਨ ਹੋਊ। ਅਤੇ ਉਹਨੇ ਡਾਕਟਰ ਨੂੰ ਪੁੱਛਿਆ ਬਾਜੂ, ਡਾਕਟਰ ਕਹਿੰਦਾ ਚਾਂਸ ਬਹੁਤ ਘੱਟ ਆ। ਉਹਨੇ ਲਿਆ ਕੇ ਆਪਣੇ ਪਸ਼ੂਆਂ ਵਾਲੇ 'ਚ ਪਾ ਤਾ ਵੀ ਚਲੋ ਮਰ ਜੂਗਾ, ਫੂਕ ਦਾਂਗੇ। ਅੱਗੇ ਪਿੱਛੇ ਤਾਂ ਉਹਦੇ ਕੋਈ ਹੈ ਨਹੀਂ ਸੀ। 14 ਦਿਨ ਉਹ ਬੰਦਾ ਘਰ 'ਚ ਪਿਆ, ਉਹਨੂੰ ਦੁੱਧ ਦੇ ਦਿੰਦੇ ਸੀ, ਚਾਹ ਦੇ ਦਿੰਦੇ ਸੀ, ਉਹ ਇੱਥੋਂ ਅੱਧਾ ਨਿਕਲ ਜਾਂਦਾ ਸੀ, ਅੱਧਾ ਪੀ ਗਿਆ ਉਹਦਾ ਜਿਗਰਾ। 14 ਦਿਨਾਂ ਬਾਅਦ ਸਾਨੂੰ ਪਤਾ ਲੱਗਿਆ, ਸਾਡੇ ਕੋਲ ਇੱਥੇ ਲੈ ਕੇ ਆਏ, ਉਹਦਾ ਵੀਰ ਦਾ ਆਪਰੇਸ਼ਨ ਹੋਇਆ। ਉਹਨੇ ਬੋਲ ਵੀ ਨਹੀਂ ਸੀ ਹੁੰਦਾ, ਕਿਉਂਕਿ ਜਿੰਨਾ ਬੋਲਦਾ ਇੱਥੋਂ ਦੀ ਹਵਾ ਹੀ ਬਾਹਰ ਆਉਂਦੀ ਸੀ। ਅਤੇ ਜਿੱਦਣ ਉਹਦਾ ਆਪਰੇਸ਼ਨ ਹੋਇਆ ਤਾਂ ਉਹਨੇ ਬੋਲ ਕੇ ਦੱਸੀ ਗੱਲ ਵੀ ਮੇਰੇ ਤੋਂ 350 ਰੁਪਈਆ ਖੋਹਣ ਪਿੱਛੇ ਮੂੰਹ ਬੰਨੇ ਹੋਏ ਚੰਗੇ ਹੱਡੇ ਕੱਟੇ ਨੌਜਵਾਨ ਨਸ਼ੇ ਦੀ ਪੂਰਤੀ ਲਈ ਮੈਨੂੰ ਲੁੱਟ ਕੇ ਲੈ ਗਏ, ਮੇਰਾ ਰੇੜੂਆ ਖੋਹ ਕੇ ਲੈ ਗਏ, 350 ਰੁਪਈਆ ਲੈ ਗਏ। ਮੈਂ ਛੱਡਦਾ ਨਹੀਂ ਸੀ, ਮੈਂ ਦਿੰਦਾ ਨਹੀਂ ਸੀ, ਉਹਨੇ ਮੇਰੇ ਗਲ 'ਤੇ ਚਾਕੂ ਮਾਰਿਆ। ਆਹ ਹਾਲਾਤ ਆ ਸਾਡੇ ਪੰਜਾਬ ਦੇ। ਆ ਕੁਝ ਦਿਨ ਪਹਿਲਾਂ ਲੁਧਿਆਣੇ ਤੋਂ ਸਾਡੇ ਕੋਲ ਬੰਦਾ ਆਇਆ ਜਵਾਹਰ ਨਗਰ ਕੈਂਪ ਤੋਂ, ਉਹਦੇ ਢਿੱਡ ਦੇ ਵਿੱਚ ਚਾਕੂ ਮਾਰਿਆ ਹੋਇਆ ਕਿਸੇ ਨੇ। ਉਹ ਥਾਣੇ ਚਲਿਆ ਗਿਆ, ਪੁਲਿਸ ਵਾਲੇ ਵੀ ਕਹਿੰਦੇ ਅਸੀਂ ਨਹੀਂ ਕੁਛ ਕਰ ਸਕਦੇ। ਉਹ ਸਿਵਲ ਹਸਪਤਾਲ ਚਲਿਆ ਗਿਆ, ਉਹ ਵੀ ਕਹਿੰਦੇ ਅਸੀਂ ਨਹੀਂ ਕੁਛ ਕਰ ਸਕਦੇ। ਉਹ ਉਵੇਂ ਹੀ ਪਾਟਿਆ ਹੋਇਆ ਢਿੱਡ ਲੈ ਕੇ ਸਾਡੇ ਕੋਲ ਆ ਗਿਆ। ਅਸੀਂ ਹਸਪਤਾਲ ਦਾਖਲ ਕਰਾਇਆ, MLC ਕਟਾਈ, ਉਹਦਾ ਆਪਰੇਸ਼ਨ ਕਰਾਇਆ ਤਾਂ ਬਚਿਆ। ਉਹਦੇ ਕੋਲੋਂ ਵੀ ਆ 350 ਰੁਪਈਆ ਖੋਹਣ ਲਈ। ਆ ਰਾਹਗੀਰ ਬਾਈ ਖੜ ਗਏ, ਸਾਨੂੰ ਦੇਖ ਕੇ ਖੜ ਗਏ, ਬਾਈ ਕੀ ਲੱਗਦਾ ਪੰਜਾਬ 'ਚ ਚਿੱਟੇ ਦਾ ਕਿਵੇਂ ਆ ਤੁਹਾਡੇ ਹਿਸਾਬ ਨਾਲ? ਬਾਈ ਉਰੇ ਆਇਓ ਮਾੜਾ ਜਿਹਾ ਸਰਦਾਰ ਜੀ, ਆਪਾਂ ਵੀ ਇਸ ਉਮਰ 'ਚੋਂ ਨਿਕਲ ਰਹੇ ਹਾਂ ਯਾਰ, ਆਪਣੇ ਵੀ ਬੱਚੇ ਵੱਡੇ ਹੋ ਰਹੇ ਆ, ਡਰ ਲੱਗਦਾ ਕਰਦਾ ਹੀ ਆ ਚਿੱਟਾ ਲਾਉਂਦਾ। ਬਾਈ ਜਿਵੇਂ ਹੁਣ ਤੁਹਾਡੇ ਵੀ ਬੱਚੇ ਵੱਡੇ ਹੋ ਰਹੇ ਹੋਣੇ ਆ ਨਾ, ਬੱਚੇ ਹੈਗੇ ਆ, ਡਰ ਲੱਗਦਾ ਦੇਖ ਕੇ ਵੀ ਗਾਂ ਸਾਡੇ ਬੱਚਿਆਂ ਦਾ ਕੀ ਹਾਲ ਹੋ। ਬਾਈ ਕਿਵੇਂ ਲੱਗਦਾ? ਰੁਕਣਾ ਚਾਹੀਦਾ ਬਾਈ। ਅੱਜ ਤੋਂ 5 ਸਾਲ ਪਹਿਲਾਂ ਸਹੁੰ ਖਾਧੀ ਸੀ ਗੁਟਕਾ ਸਾਹਿਬ ਦੀ, ਅੱਜ ਜਦੋਂ ਵੋਟਾਂ ਦੁਬਾਰਾ ਮੰਗਣੀਆਂ ਉਹਨੂੰ ਪਾਸੇ ਕਰਤਾ, ਹੋਰ ਆ ਗਿਆ ਮੂਹਰੇ। ਉਹ ਕਹਿੰਦਾ ਜੀ ਇਹ ਤਾਂ ਝੂਠਾ ਸੀ, ਮੈਂ ਸੱਚਾ ਵਾਂ। ਬਾਈ ਚਿੱਟਾ ਘੱਟ ਰਿਹਾ ਕਿ ਵੱਧ ਰਿਹਾ? ਇੱਥੇ ਆਸ ਪਾਸ ਵਿਕਦਾ ਕਿ ਨਹੀਂ ਵਿਕਦਾ? ਘਰੋ ਘਰੀ ਦੇ ਕੇ ਜਾਂਦੇ ਨੇ ਆ ਕੇ ਬਾਈ। ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਆ, ਤੁਹਾਨੂੰ ਕੀ ਲੱਗਦਾ ਵੀ ਉਹ ਨਸ਼ਾ ਵਾ ਦਵਾਈ ਆ? ਉਹ ਦਵਾਈ ਨੀ ਹੈਗੀ, ਛੁਡਾਉਂਦੇ ਨੀ ਜੀ। ਬਾਈ ਜੀ ਸਾਡੇ ਲੇਬਰ ਵਾਲੇ ਮਜ਼ਦੂਰ ਬੰਦੇ ਜਿਹੜੇ ਸਵੇਰੋਂ ਦਿਹਾੜੀ ਜਾਂਦੇ ਆ, ਪਹਿਲਾਂ ਉੱਥੇ ਜਾਂਦੇ ਆ ਹਸਪਤਾਲਾਂ 'ਚ, ਉੱਥੇ ਲਾਈਨਾਂ ਲੱਗ ਜਾਂਦੀਆਂ ਉਹਨਾਂ ਦੀਆਂ, ਉੱਥੋਂ ਉਹਨਾਂ ਨੂੰ 2 ਗੋਲੀਆਂ ਦਿੰਦੇ ਨੇ, 4 ਗੋਲੀਆਂ ਦਿੰਦੇ ਨੇ, ਫਿਰ ਉਹ ਖਾਂਦੇ ਨੇ, ਫਿਰ ਉਹ ਦਿਹਾੜੀ ਜਾਂਦੇ ਨੇ, ਫਿਰ ਉਹ 300 ਰੁਪਈਆ ਕਮਾ ਕੇ ਘਰੇ ਲੈ ਕੇ ਆਉਂਦੇ ਨੇ, ਸਵੇਰੇ ਉੱਠ ਕੇ ਫਿਰ ਉਸ ਲਾਈਨ 'ਚ ਜਾ ਕੇ ਖੜ ਜਾਂਦੇ ਨੇ ਜਿੱਥੇ ਉਹਨਾਂ ਨੂੰ ਉਹ ਫ੍ਰੀ ਨਸ਼ਾ, ਉਹ ਫ੍ਰੀ ਜ਼ਹਿਰ ਸਰਕਾਰ ਖੁਦ ਆਪ ਦਿੰਦੀ ਆ। ਇਹ ਸਾਡੇ ਪੰਜਾਬ ਦੇ ਹਾਲਾਤ ਆ। ਪਰ ਅੱਜ ਬੋਰਡ ਲੱਗੇ ਦੇਖੋ ਲੁਧਿਆਣੇ ਸ਼ਹਿਰ 'ਚ, ਨਵਾਂ ਪੰਜਾਬ ਨਵੀਂ ਉਮੀਦ। ਬਈ ਕਾਹਦਾ ਨਵਾਂ ਪੰਜਾਬ ਆ, ਕਾਹਦੀ ਨਵੀਂ ਉਮੀਦ ਆ ਯਾਰ? ਆ ਬਾਈਆਂ ਦੇ ਲਟਕੇ ਹੋਏ ਚਿਹਰੇ ਦੇਖੋ, ਆ ਨੌਜਵਾਨਾਂ ਦੀਆਂ ਕੰਨਾਂ ਦੇ ਵਿੱਚ ਪਾਈਆਂ ਮੁੰਦੀਆਂ ਆਪਣੇ ਆਪ 'ਚ ਬਿਆਨ ਕਰਦੀਆਂ। ਆ ਪਿੱਛੇ ਵੀਰ ਹੁਣੀ ਖੜੇ ਆ ਨੌਜਵਾਨ। ਬਾਈ ਨੌਕਰੀ ਕਰਦਾ ਕੋਈ ਸਰਕਾਰੀ? ਅੱਛਾ, ਕਿੰਨੀ ਤਨਖਾਹ ਤੇਰੀ? ਹੈਂ 12,500? ਪ੍ਰਾਈਵੇਟ ਨੌਕਰੀ ਕਰਦਾ? ਕਿੰਨਾ ਪੜ੍ਹਿਆ? ਹਾਈ ਸਕੂਲ? ਹੈਂ 12 ਕਲਾਸ? ਤੂੰ ਵੀਰੇ ਫੈਕਟਰੀ 'ਚ ਕੰਮ ਕਰਦੇ ਆ? ਇੱਥੇ ਘਰਾਂ 'ਚ ਨਿੱਕੀਆਂ ਨਿੱਕੀਆਂ ਫੈਕਟਰੀਆਂ ਗਲੀਆਂ ਦੇ ਵਿੱਚ, ਇੱਥੇ ਹਰ ਬੰਦਾ ਕਮਾ ਕੇ ਖਾਂਦਾ ਮਜ਼ਦੂਰ ਬੰਦਾ। ਅਤੇ ਪਰ ਇੱਥੇ ਰਾਜਕੁਮਾਰ ਵੀ ਪਿਆ ਵਾ,
ਇਹ ਵੀ ਕਮਾਉਂਦਾ ਸੀ ਵਧੀਆ, ਡੇਢ ਕੁਇੰਟਲ ਦੀ ਗੱਠ ਚੱਕ ਕੇ ਟਰਾਲੀ 'ਚ ਲੱਦ ਦਿੰਦਾ ਸੀ, ਪਰ ਅੱਜ ਉਹਦਾ ਵਜ਼ਨ ਆ ਜਿਹੜਾ ਉਹ ਵੀ 20-25 ਕਿਲੋ ਰਹਿ ਗਿਆ, ਹੱਡੀਆਂ ਦਾ ਪਿੰਜਰ ਬਣ ਗਿਆ ਚਿੱਟੇ ਦੇ ਕਾਰਨ। ਅਸੀਂ ਇਹਨੂੰ ਵੀਰੇ ਨੂੰ ਨਾਲ ਲੈ ਕੇ ਜਾ ਰਹੇ ਹਾਂ, ਤੁਹਾਡੀਆਂ ਦੁਆਵਾਂ ਅਤੇ ਅਰਦਾਸਾਂ ਦੀ ਲੋੜ ਆ। ਵੀਡੀਓ ਪਾਉਣ ਦਾ ਮਕਸਦ ਇੰਨਾ ਹੀ ਆ ਵੀ ਲੋਕ ਅਵੇਅਰ ਹੋ ਸਕਣ। ਜੇ ਕਿਸੇ ਹੋਰ ਦੇ ਘਰ 'ਚ ਰਾਜਕੁਮਾਰ ਪਿਆ ਜਾਂ ਬੈਠਾ ਜਾਂ ਅੱਜ ਤੁਰਿਆ ਫਿਰਦਾ ਜਾਂ ਅੱਜ ਚਿੱਟੇ 'ਤੇ ਲੱਗਿਆ ਹੀ ਆ, ਹਜੇ ਅੱਜ ਉਹਨੇ ਪਹਿਲਾ ਟੀਕਾ ਹੀ ਲਾਇਆ ਜਾਂ ਸੋਚ ਰਿਹਾ ਲਾਉਣ ਬਾਰੇ, ਉਹ ਦੇਖੋ ਹਸ਼ਰ ਹੋਣਾ ਕੀ ਆ ਤੁਹਾਡਾ ਬਾਈ, ਆਹ ਹਸ਼ਰ ਹੋਣਾ ਚਿੱਟੇ ਦਾ। ਆਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ, ਪ੍ਰਤੱਖ ਨੂੰ ਪ੍ਰਮਾਣ ਦੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਆਹ ਰਾਜਕੁਮਾਰ ਕੰਬਲ ਦੇ ਵਿੱਚ ਪਿਆ, ਦਿਖਦਾ ਵੀ ਨਹੀਂ, ਪਤਾ ਹੀ ਨਹੀਂ ਲੱਗਦਾ ਵੀ ਇੱਥੇ ਬੰਦਾ ਪਿਆ, ਕੰਬਲ ਪਿਆ ਵਾ। ਅਤੇ ਅੱਜ ਇਹ ਚਿਹਰਾ ਵੀ ਆਪਣਾ ਲੁਕਾਉਣਾ ਚਾਹੁੰਦਾ, ਅੱਜ ਉਹ ਅੱਖਾਂ 'ਚ ਅੱਖਾਂ ਪਾ ਕੇ ਗੱਲ ਵੀ ਨਹੀਂ ਕਰ ਪਾ ਰਿਹਾ, ਅਤੇ ਘਰ ਦੀ ਹਰ ਚੀਜ਼ ਵੇਚਤੀ ਬਾਈ ਉਹਨੇ। ਬਸ ਹੁਣ ਤੁਹਾਡੀ ਦੁਆ ਦੀ, ਤੁਹਾਡੀ ਅਰਦਾਸ ਦੀ ਲੋੜ ਆ। ਜਿੰਨੀ ਵੀ ਉਹਦੀ ਸਵਾਸਾਂ ਦੀ ਪੂੰਜੀ ਬਚੀ ਆ, ਉਹ ਚੰਗੇ ਤਰੀਕੇ ਨਾਲ ਬਤੀਤ ਕਰ ਸਕੇ, ਤੰਦਰੁਸਤ ਹੋ ਕੇ, ਨਸ਼ੇ ਤੋਂ ਤੋਬਾ ਕਰਕੇ, ਆਪਣੇ ਭਰਾਵਾਂ ਦੇ ਘਰ ਦੇ ਵੇਚੇ ਹੋਏ ਉਸ ਸਮਾਨ ਦੀ ਭਰਪਾਈ ਕਰਾ ਸਕੇ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਘਰ ਨੂੰ ਦੁਬਾਰਾ ਖੜ੍ਹਾ ਕਰ ਸਕੇ। ਨਿੱਕੇ ਨਿੱਕੇ ਬੱਚਿਆਂ ਨੂੰ ਆਹ ਦੇਖੋ, ਆਹ ਹੈਰੀ ਆ, ਭਤੀਜਾ ਵਾ ਰਾਜਕੁਮਾਰ ਦਾ ਭਤੀਜਾ, ਪੈਰਾਂ ਦੇ ਵਿੱਚ ਚੱਪਲਾਂ, ਸਿਰ 'ਤੇ ਟੋਪੀ ਨਹੀਂ ਹੈਗੀ। ਤੁਹਾਡੇ ਘਰਾਂ ਦੇ ਵਿੱਚ ਹੀਟਰਾਂ ਦੇ ਰਜਾਈਆਂ 'ਚ ਪਏ ਬੱਚੇ ਦਸਤਾਨੇ ਪਾਏ ਆ, ਚਾਰ ਚਾਰ ਜੈਕਟਾਂ ਪਾਈ ਆ, ਉਰੇ ਆ ਦੇਖੋ ਪਿੱਛੇ ਠੰਡ ਦੇ ਵਿੱਚ ਕਿਵੇਂ ਕੁੰਗੜਿਆ ਹੋਇਆ ਆਉਂਦਾ, ਲਕਸ਼ਦੀਪ ਕੱਛਾਂ 'ਚ ਹੱਥ ਦੇ ਕੇ ਠੰਡ ਨੂੰ ਬਚਣ ਦੀ ਕੋਸ਼ਿਸ਼ ਕਰਦਾ। ਗਰਮੀਆਂ ਵਾਲੀ ਚੱਪਲ ਪਾਇਆ, ਉਹ ਪਾਇਆ ਹੋਇਆ ਵਾ, ਅੱਧੀ ਪਿੱਛੇ ਦੂਜੀ ਆ, ਉਹ ਸਲੀਪਰ ਟਾਈਪ ਬੂਟ ਨਹੀਂ ਹੈਗੇ। ਆਹ ਬੱਚੇ ਆ ਦੋਨੇ ਇਸ ਘਰ ਦੇ, ਆਉਣ ਵਾਲੀ ਪਨੀਰੀ ਆ ਸਾਡੀ ਇਸ ਘਰ ਦੀ, ਰਾਜਕੁਮਾਰ ਦੇ ਭਤੀਜੇ ਆ ਲਕਸ਼ਦੀਪ ਅਤੇ ਹੈਰੀ। ਬਸ ਇਹਨਾਂ ਦੇ ਚਿਹਰੇ ਵੱਲ ਦੇਖ ਕੇ ਸਾਡੇ ਲੀਡਰ ਆਪਣੇ ਆਪ ਨੂੰ ਸਵਾਲ ਪੁੱਛਣ ਵੀ ਉਹ ਪੰਜਾਬ ਦੇ ਲਈ ਕੀ ਕਰ ਰਹੇ ਆ, ਆਹ ਲਕਸ਼ਦੀਪ ਅਤੇ ਹੈਰੀ ਦੇ ਲਈ ਉਹ ਕੀ ਕਰ ਰਹੇ ਆ, ਜਿਹੜੀਆਂ ਹੁਣ ਵੋਟਾਂ ਪੈ ਰਹੀਆਂ। 3 ਭਲਵਾਨ ਆ, 4 ਭਲਵਾਨ ਆ, ਉਹਨਾਂ 'ਚੋਂ ਇੱਕ ਨੇ ਜਿੱਤਣਾ ਹੀ ਜਿੱਤਣਾ, ਉਹ ਜਿੱਤ ਕੇ ਕੀ ਕਰਨਗੇ, ਇਹ ਆਪਣੇ ਆਪ ਨੂੰ ਸਵਾਲ ਪੁੱਛਿਓ। ਆਹ ਮਾਸੂਮ ਚਿਹਰੇ ਗੱਡੀ ਵੱਲ ਨੂੰ ਦੇਖਦੇ ਆ ਵੀ ਚਾਚਾ ਕਿੱਥੇ ਚੱਲਿਆ, ਆਹ ਮਾਸੂਮ ਅੱਖਾਂ ਤੁਹਾਡੇ ਵੱਲ ਨੂੰ ਦੇਖ ਰਹੀਆਂ ਵੀ ਤੁਸੀਂ ਕੀ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੀਏ ਜੀ, ਰਾਜਕੁਮਾਰ ਜੀ ਇਹਦਾ ਭਰਾ ਆ ਗਿਆ ਜੀ, ਵੀਰੇ ਬੋਬੀ ਵੀਰੇ ਕਰਿਓ ਪਤਾ, ਚਲੀਏ ਫਿਰ ਹੈ। ਹਾਂ ਬੰਦਾ ਨਾਲ ਲੈ ਕੇ ਚੱਲਾਂਗੇ, ਹਜੇ ਵੀ ਉਹ ਬੰਦੇ ਨੂੰ ਇਸ ਗੱਲ 'ਤੇ ਸ਼ੰਕਾ ਵੀ ਪਤਾ ਨਹੀਂ ਮੈਨੂੰ ਕਿੱਥੇ ਲੈ ਚੱਲਿਆ, ਖਾਨੀ ਮੇਰੇ ਗੁਰਦੇ ਹੀ ਨਾ ਬੇਚ ਦੇਣ ਕੱਢ ਕੇ। ਫਿਰ ਤੈਨੂੰ ਘਬਰਾਉਣ ਦੀ ਕੀ ਲੋੜ ਆ,